ਮਿੱਤਰਾਂ ਪਿਆਰਿਆਂ ਨੂੰ ਚੰਨ ਅਤੇ ਸਿਤਾਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਜ਼ੈਨੂ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ। ਪਿਛਲੇ ਕਾਫੀ ਦਿਨਾਂ ਤੋਂ ਪ੍ਰੋਪਰ ਪ੍ਰੋਗਰਾਮ ਜਿਹੜਾ ਹੈਗਾ ਉਹ ਇੱਕ ਜਗ੍ਹਾ ਤੋਂ ਨਹੀਂ ਕੀਤਾ। ਪਹਿਲਾਂ ਸਿਨਸਿਨਾਟੀ ਤੋਂ ਪ੍ਰੋਗਰਾਮ ਕੀਤੇ ਸੀ, ਉਸ ਤੋਂ ਬਾਅਦ ਇੱਕ ਦਿਨ ਇੱਥੇ ਕੀਤਾ ਅਤੇ ਉਸ ਤੋਂ ਬਾਅਦ ਲਗਾਤਾਰ ਫਰੈਜ਼ਨੋ ਦੇ ਵਿੱਚੋਂ ਪ੍ਰੋਗਰਾਮ ਤੁਹਾਡੇ ਰੂਬਰੂ ਕੀਤੇ ਸੀਗੇ। ਪਰ ਚੰਗੀ ਗੱਲ ਇਹ ਹੈ ਕਿ ਤੁਸੀਂ ਚਾਹੇ ਮੈਂ ਪ੍ਰੋਗਰਾਮ ਇੱਥੇ ਕਰਦਾ ਅਤੇ ਚਾਹੇ ਮੈਂ ਕਿਤੇ ਹੋਰ ਸ਼ਹਿਰ ਦੇ ਵਿੱਚੋਂ ਕਰਦਾ ਅਤੇ ਤੁਹਾਡੀਆਂ ਕਾਲਾਂ ਵੀ ਉੱਥੇ ਆਉਂਦੀਆਂ ਨੇ। ਅਤੇ ਦੂਜਾ ਇਹ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਵੀ ਕਰਦੇ ਹੋ, ਤੁਹਾਡੀ ਫੀਡਬੈਕ ਆਉਂਦੀ ਹੈ ਕਿ ਪ੍ਰੋਗਰਾਮ ਵਧੀਆ ਸੀਗਾ। ਸੋ ਕਾਫੀ ਪ੍ਰੋਗਰਾਮ ਜਿਹੜੇ ਫਰੈਜ਼ਨੋ ਦੇ ਵਿੱਚੋਂ ਕੀਤੇ ਸੀਗੇ। ਸੋ ਇੱਦਾਂ ਹੀ ਅਸੀਂ ਸਮੇਂ ਸਮੇਂ ਗਾਹੇ ਵਗਾਹੇ ਜਾਣੀ ਕਿ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੋਂ ਪ੍ਰੋਗਰਾਮ ਜਿਹੜੇ ਲਾਈਵ ਸਾਡੇ ਹੈਗੇ ਆ ਉਹ ਜ਼ਰੂਰ ਕਰਿਆ ਕਰਾਂਗੇ, ਕਿਉਂਕਿ ਸਾਡੇ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ। ਖਾਸ ਤੌਰ 'ਤੇ ਜਿਵੇਂ ਫਰਿਜ਼ਨੋ ਦੇ ਵਿੱਚ ਗਏ ਸੀ ਤਾਂ ਉੱਥੇ ਬਹੁਤ ਸਾਰਾ ਕਰੇਜ਼ ਸੀ ਲੋਕਾਂ ਦੇ ਵਿੱਚ ਕਿ ਸਾਡੇ ਵੀ ਸ਼ੋਅ ਕਰੋ, ਸਾਡੇ ਵੀ ਸ਼ੋਅ ਕਰੋ। ਫਿਰ ਨਾਲ ਦੀ ਨਾਲ ਉੱਥੇ ਬਿੱਕਰ ਬਾਦਸ਼ਾਹ ਕੀਤੇ ਜੀ, ਬਿੱਕਰ ਬਾਦਸ਼ਾਹ ਦੇ ਵਿੱਚ ਜਿੱਧਰ ਕਰੋ ਭਾਅ ਜੀ ਸਾਡੇ ਕਦੋਂ ਕਰਨਾ, ਸਾਡੇ ਕਦੋਂ ਕਰਨਾ। ਸੋ ਵਾਰੀ ਵਾਰੀ ਸਾਰਿਆਂ ਦੇ ਆਪਾਂ ਸ਼ੁਰੂ ਕਰਦੇ ਨੇ। ਬਿੱਕਰ ਬਾਦਸ਼ਾਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਅਤੇ ਨਾਲ ਦੀ ਨਾਲ ਅਸੀਂ ਇੱਕ ਸ਼ੁਰੂ ਕੀਤੇ ਪ੍ਰੋਗਰਾਮ ਸ਼ੂਟ ਕੀਤੇ ਹੈਗੇ ਟਰੱਕ ਸ਼ੋਅ ਦਾ, ਟਰੱਕ ਸ਼ੋਅ ਮਾਈਲਸ ਇਨ ਸਟਾਈਲ। ਇਹ ਵੀ ਇੱਕ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਹੈ ਜੋ ਕਿ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਨੂੰ ਤੁਹਾਡੇ ਰੂਬਰੂ ਕਰੇਗਾ। ਇਹ ਵੀ ਅਸੀਂ ਸ਼ੂਟ ਕੀਤਾ ਪਰ ਹਜੇ ਸ਼ੁਰੂ ਕਰਨਾ ਬਾਅਦ ਦੇ ਵਿੱਚ। ਮੁੱਕਦੀ ਗੱਲ ਜੀ, ਸੌ ਸਰਸਾ ਸਿਰੇ 'ਤੇ ਗੱਡ ਇਹ ਹੈ ਵੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪੂਰੀ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਦੇ। ਜਿੱਥੇ ਵੀ ਜਾਂਦੇ ਹਾਂ ਸਾਨੂੰ ਇੰਨਾ ਪਿਆਰ ਜਿਹੜਾ ਉਹ ਦਿੰਦੇ ਹੋ। ਬਾਕੀ ਅਗਲੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਜਿਹੜਾ ਕੋਈ ਵੀ ਤੁਸੀਂ ਜਸ ਪੰਜਾਬੀ 'ਤੇ ਦੇਖਣਾ ਚਾਹੁੰਦੇ ਹੋ, ਕਨੇਡਾ ਅਮੈਰੀਕਾ ਦੇ ਵਿੱਚ ਤਾਂ ਆਪਾਂ ਡਿਸ਼ 'ਤੇ ਜਾਂ ਫਿਰ ਕੇਬਲ 'ਤੇ ਜਾਂ ਫਿਰ ਉਹ ਡੱਬੀਆਂ ਜਿਹੀਆਂ ਅੱਜ ਕੱਲ੍ਹ ਆ ਗਈਆਂ ਬਹੁਤ ਸਾਰੀਆਂ, ਉਹਨਾਂ 'ਤੇ ਦੇਖਦੇ ਰਹਿੰਦੇ ਹਾਂ। ਪਰ ਅਸੀਂ ਕਨੇਡਾ ਅਮੈਰੀਕਾ ਤੋਂ ਬਾਹਰ ਅਗਰ ਪ੍ਰੋਗਰਾਮ ਦੇਖਣਾ ਚਾਹੁੰਦੇ ਹਾਂ ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ, ਤਾਂ ਜਸ ਪੰਜਾਬੀ ਦਾ ਸਾਡਾ ਜੇ ਤੁਸੀਂ ਵੈਬਸਾਈਟ 'ਤੇ ਜਾਓਗੇ www.jasbroadcasting.com 'ਤੇ ਤਾਂ ਉੱਥੇ ਲਾਈਵ ਚੈਨਲ ਦੀ ਇੱਕ ਆਪਸ਼ਨ ਆਉਂਦੀ ਹੈ। ਅਮੈਰੀਕਾ ਕਨੇਡਾ ਵਿੱਚ ਨਹੀਂ ਆਉਣੀ, ਉਹ ਅਮੈਰੀਕਾ ਕਨੇਡਾ ਤੁਹਾਨੂੰ ਸਲਿੰਗ 'ਤੇ ਦੇਖਣਾ ਪੈਣਾ ਜਾਂ ਫਿਰ ਡਿਸ਼ 'ਤੇ ਦੇਖਣਾ ਪੈਣਾ। ਉੱਥੇ ਉਹ ਆਪਸ਼ਨ ਆਉਂਦੀ ਹੈ ਤਾਂ ਲਾਈਵ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਦੇਖ ਸਕਦੇ ਹੋ। ਇਹ ਦੱਸੀਗੀ ਜੀ ਅੱਜ ਦੀ ਗੱਲਬਾਤ। ਹੁਣ ਜੇ ਖਬਰਾਂ ਖਬਰਾਂ ਦੀ ਗੱਲ ਕਰੀਏ ਤਾਂ ਖਬਰਾਂ ਤੁਹਾਡੇ ਸਾਹਮਣੇ ਹੀ ਹੈ। ਕੋਈ ਚੰਗੀ ਖਬਰ, ਕੋਈ ਠੰਡੀ ਹਵਾ ਵਾਲੀ ਖਬਰ ਕਿਸੇ ਪਾਸਿਓਂ ਨਹੀਂ ਆਉਂਦੀ, ਕਿਸੇ ਪਾਸਿਓਂ ਵੀ। ਪੰਜਾਬ ਦੀਆਂ ਖਬਰਾਂ ਲੈ ਲਓ, ਕਿੱਥੇ ਕਹਿੰਦੇ ਸੀ ਪਾਣੀ ਮੁੱਕ ਜਾਣਾ ਹੁਣ 2025 ਤੱਕ, ਅਤੇ ਪੰਜਾਬ ਦੇ ਵਿੱਚੋਂ ਕਿੱਥੇ ਹੁਣ ਪਾਣੀ ਪਾਣੀ ਹੋਇਆ ਪਿਆ, ਚਾਰ ਚੁਫੇਰੇ ਹੜ੍ਹਾਂ ਹੜ੍ਹ ਆਏ ਹੋਏ ਨੇ ਪੂਰੇ। ਔਰ ਮੈਨੂੰ ਯਾਦ ਹੈ ਕਿ ਇਹੋ ਜਿਹੇ ਹੜ੍ਹ ਜਿਹੜੇ ਪਹਿਲਾਂ 1988 ਦੇ ਵਿੱਚ ਆਏ ਸੀਗੇ ਉਦੋਂ ਬਹੁਤ ਸਾਰਾ ਨੁਕਸਾਨ ਹੋਇਆ ਸੀਗਾ, ਉਦੋਂ ਕਾਫੀ ਜ਼ਿਆਦਾ ਘਰ ਘੁਰ ਵੀ ਢਹਿ ਗਏ ਸੀਗੇ। ਹੁਣ ਪਰਮਾਤਮਾ ਸੁੱਖ ਰੱਖੇ, ਪਰਮਾਤਮਾ ਬਚਾ ਰੱਖੇ, ਪਰ ਜਿਹੜੇ ਹਾਲਾਤ ਚੱਲ ਰਹੇ ਨੇ ਇਹ ਜਿਹੜੀ ਕਰੋਪੀ ਹੈ ਪਰਮਾਤਮਾ ਦੀ, ਇਹਦੇ ਬਾਰੇ ਪਰਮਾਤਮਾ ਹੀ ਜਾਣਦਾ। ਸੋ ਪਰਮਾਤਮਾ ਸਭ 'ਤੇ ਭਲੀ ਰੱਖੇ, ਸਭ 'ਤੇ ਚੜ੍ਹਦੀ ਕਲਾ ਰੱਖੇ। ਇਹਨਾਂ ਦੁਆਵਾਂ ਦੇ ਨਾਲ, ਇਹਨਾਂ ਅਰਦਾਸਾਂ ਦੇ ਨਾਲ ਅਸੀਂ ਪ੍ਰੋਗਰਾਮ ਅੱਜ ਦਾ ਸ਼ੁਰੂ ਕਰਦੇ ਹਾਂ। ਅੱਜ ਇੱਕ ਹੋਰ ਜਿਹੜੀ ਖਬਰ, ਅਗਰ ਸੰਗੀਤ ਪ੍ਰੇਮੀਆਂ ਦੀ ਗੱਲ ਕਰੀਏ, ਸੰਗੀਤ ਪ੍ਰੇਮੀਆਂ ਵਾਸਤੇ ਇੱਕ ਹੋਰ ਮਾੜੀ ਖਬਰ ਜਿਹੜੀ ਆਈ ਹੈ। ਖੈਰ ਮੇਰਾ ਖਿਆਲ ਪੰਜਾਬੀਆਂ ਨੂੰ ਜ਼ਿਆਦਾ ਵਾਹ ਵਾਸਤਾ ਉਸ ਖਬਰ ਦੇ ਨਾਲ ਨਹੀਂ ਹੋਏਗਾ, ਕਿਉਂਕਿ ਆਪਣੀ ਜਿਹੜੀ ਫਿਤਰਤ ਤਕਰੀਬਨ ਉੱਥੋਂ ਕੁ ਤੱਕ ਹੀ ਸੀਮਤ ਹੈ। ਜੇ ਕੋਈ ਗਾਣਾ ਪਸੰਦ ਆ ਗਿਆ ਤਾਂ ਆਪਾਂ ਗਾਣਾ ਸੁਣਦੇ ਹਾਂ, ਲੇਕਿਨ ਉਹਦੀ ਡੂੰਘਾਈ ਤੱਕ ਨਹੀਂ ਜਾਂਦੇ ਵੀ ਇਹ ਕਿਹਨੇ ਲਿਖਿਆ, ਹੋ ਸਕਦਾ ਜਾਂ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਇੱਕ ਮਹਾਨ ਹਸਤੀ ਕਹਿ ਸਕਦਾ ਸੰਗੀਤ ਦੀ ਦੁਨੀਆ ਦੀ, ਬਹੁਤ ਲਗਭਗ 40 ਸਾਲ ਉਹਨਾਂ ਨੇ ਬੋਲੀਵੁੱਡ ਹਿੰਦੀ ਸਿਨੇਮਾ ਦੇ ਉੱਪਰ ਰਾਜ ਕੀਤਾ ਸੰਗੀਤਕਾਰ ਦੇ ਤੌਰ 'ਤੇ। ਔਰ ਮੈਂ ਉਹਨਾਂ ਦਾ ਜ਼ਿਕਰ ਤਾਂ ਕਰਨ ਲੱਗਿਆ ਕਿਉਂਕਿ ਅਕਸਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਸੰਬੰਧਿਤ ਜਿਹੜੀ ਵੀ ਕੋਈ ਹਸਤੀ ਹੈਗੀ ਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਰੂਬਰੂ ਕੀਤਾ ਜਾਵੇ। ਅਗਰ ਅਸੀਂ ਭਾਰਤੀ ਗੱਲ ਕਰੀਏ ਤਾਂ ਕੱਲ੍ਹ ਯਾਨੀ ਕਿ ਸੇਮ 19 ਅਗਸਤ ਹੈਗੀ ਆ, ਅੱਜ ਇੱਥੇ 19 ਅਗਸਤ ਅਤੇ ਕੱਲ੍ਹ 19 ਅਗਸਤ ਨੂੰ ਉਹਨਾਂ ਦਾ ਦੇਹਾਂਤ ਹੋਇਆ ਮੁੰਬਈ ਦੇ ਵਿੱਚ ਯੂਹੂ ਹੋਸਪਿਟਲ ਦੇ ਵਿੱਚ, 92 ਸਾਲ ਦੀ ਉਮਰ ਸੀ। ਅਤੇ ਗੱਲ ਕਰੀਏ 40 ਸਾਲ ਉਹਨਾਂ ਨੇ ਰਾਜ ਕਾਹਦੇ 'ਤੇ ਕੀਤਾ, ਉਹਨਾਂ ਨੇ ਸੰਗੀਤ ਦੀ ਦੁਨੀਆ 'ਤੇ ਹਿੰਦੀ ਫਿਲਮਾਂ ਦੇ ਵਿੱਚ ਲਗਭਗ 1000 ਫਿਲਮਾਂ ਦੇ ਵਿੱਚ ਉਹਨਾਂ ਨੇ ਸੰਗੀਤ ਦਿੱਤਾ ਸੀਗਾ। ਅਤੇ ਮੈਂ ਜ਼ਿਕਰ ਇਸ ਕਰਕੇ ਤੁਹਾਡੇ ਨਾਲ ਕਰਨ ਲੱਗਿਆਂ ਕਿ ਉਹ ਜੰਪਲ ਸੀਗੇ ਰਾਹੋਂ ਦੇ, ਰਾਹੋਂ ਨਵੇਂ ਸ਼ਹਿਰ ਦੇ ਵਿੱਚ ਪੈਂਦਾ, ਨਵੇਂ ਸ਼ਹਿਰ ਦੇ ਕੋਲੇ ਪੈਂਦਾ ਰਾਹੋਂ ਨੂੰ, ਆਪਾਂ ਮਾਛੀ ਵਾਲੇ ਤੋਂ ਜਾਈਏ ਫਲੋਰ ਨੂੰ ਅਤੇ ਰਸਤੇ ਦੇ ਵਿੱਚ ਰਾਹੋਂ ਸ਼ਹਿਰ ਆਉਂਦਾ, ਕਾਫੀ ਵਧੀਆ ਕਸਬਾ, ਉੱਥੋਂ ਦੇ ਉਹ ਜੰਪਲ ਸੀਗੇ ਅਤੇ ਨਾਲ ਨਾਲ ਜ਼ਿਆਦਾਤਰ ਸਮਾਂ ਉਹ ਲੁਧਿਆਣੇ ਕਾਫੀ ਦੇਰ ਰਹੇ ਨੇ। ਸੋ ਇਸ ਕਰਕੇ ਮੈਂ ਉਹਨਾਂ ਦਾ ਜ਼ਿਕਰ ਕੀਤਾ। ਇਹਨਾਂ ਦਾ ਨਾਮ ਪੂਰਾ ਸੀ ਮੁਹੰਮਦ ਜ਼ਹੂਰ, ਪਰ ਸੰਗੀਤਕਾਰ ਦੇ ਤੌਰ 'ਤੇ ਅਗਰ ਗੱਲ ਕਰੀਏ ਤਾਂ ਰੇਡੀਓ 'ਤੇ ਵੀ ਗਾਣੇ ਜੋ ਸੁਣਦੇ ਸੀ ਤਾਂ ਉਹ ਇਹ ਕਹਿੰਦੇ ਸੀ ਸੰਗੀਤ ਖਯਾਮ ਕਾ, ਤੋ ਖਯਾਮ ਦੇ ਨਾਂ 'ਤੇ ਮਸ਼ਹੂਰ ਸੀ ਇਹ।
ਅਤੇ 18 ਫਰਵਰੀ 1927 ਨੂੰ ਇਹਨਾਂ ਦਾ ਜਨਮ ਹੋਇਆ ਸੀ। ਅੱਜ ਇਹਨਾਂ ਦੀ ਥੋੜ੍ਹੀ ਬਹੁਤ ਗੱਲਬਾਤ ਕਰਕੇ ਫਿਰ ਸਿੱਧੀਆਂ ਤੁਹਾਡੀਆਂ ਕਾਲਾਂ ਲਵਾਂਗੇ। ਅਗਰ ਫਿਲਮਾਂ ਦੀ ਗੱਲ ਕਰੀਏ ਤਾਂ ਇੱਕ ਮੈਨੂੰ ਕਲੈਕਸ਼ਨ ਕਿਤੇ ਮਿਲੀ ਹੈ, ਉਹਦੇ 'ਚ ਇਹਨਾਂ ਦੇ 10 ਮਸ਼ਹੂਰ ਗਾਣੇ ਨੇ, ਥੋੜ੍ਹੇ 2-2.5 ਮਿੰਟ ਦੇ ਕਲਿੱਪ ਦੇ ਵਿੱਚ, ਜਿਹੜੀਆਂ ਇਹਨਾਂ ਨੇ ਫਿਲਮਾਂ ਦੇ ਵਿੱਚ ਸੰਗੀਤ ਦਿੱਤਾ, ਉਹਨਾਂ ਦੇ ਗਾਣੇ। ਅੱਜ ਹੀ ਇਹਨਾਂ ਦੀ ਡੈਥ ਹੋਈ ਹੈ, ਸੋ ਅੱਜ ਮੈਂ ਇਹਨਾਂ ਦਾ ਜ਼ਿਕਰ ਤਾਂ ਤੁਹਾਡੇ ਨਾਲ ਕਰ ਰਿਹਾ। ਸੋ ਨਾਲ ਦੀ ਨਾਲ ਅਸੀਂ ਚਲੋ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਗੱਲ ਕਰੀਏ ਅਗਰ ਇਹਨਾਂ ਦੀ, ਤਾਂ ਸੰਗੀਤ ਦੀ ਦੁਨੀਆ ਵਿੱਚ ਇਹਨਾਂ ਦਾ ਬੜਾ ਵੱਡਾ ਨਾਮ ਸੀ, ਬਹੁਤ ਵੱਡੀ ਦੇਣ ਸੀਗੀ। 40 ਸਾਲ ਜੇ ਮੈਂ ਗੱਲ ਕੀਤੀ ਹੈ ਤਾਂ 40 ਸਾਲ ਇਹਨਾਂ ਦੇ ਬਣਦੇ ਨੇ ਲਗਭਗ। ਜੇ 1927 ਦੇ ਵਿੱਚ ਬਰਥ ਹੋਇਆ ਤਾਂ 1953 ਦੇ ਵਿੱਚ ਇਹਨਾਂ ਦਾ ਪਹਿਲਾ ਗੀਤ, 1948 'ਚ ਆ ਗਿਆ ਸੀ ਵੈਸੇ ਇਹਨਾਂ ਦਾ ਪਹਿਲਾ ਗੀਤ ਜਿਹੜਾ ਸੀ ਹੀਰ ਰਾਂਝਾ ਫਿਲਮ ਦੇ ਵਿੱਚ 1948 'ਚ, ਪਰ 1953 ਤੋਂ ਇਹ ਮਸ਼ਹੂਰ ਹੋਏ ਨੇ। 53 ਤੋਂ ਲੈ ਕੇ 90 ਤੱਕ ਪੂਰੇ ਸਰਗਰਮ ਰਹੇ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਖਯਾਮ ਸਾਹਿਬ। ਸੋ ਇਹਨਾਂ ਦੀ ਥੋੜ੍ਹੀ ਬਹੁਤ ਗੱਲਬਾਤ ਕਰਕੇ ਨਾਲ ਨਾਲ ਅਗਲੇ ਸੈਗਮੈਂਟ ਤੋਂ ਤੁਹਾਡੀਆਂ ਕਾਲਾਂ ਲੈਣੀ ਸ਼ੁਰੂ ਕਰਦਾ, ਕਿਉਂਕਿ ਕਾਫੀ ਗੈਪ ਪੈ ਗਿਆ ਕਾਲਾਂ ਦਾ। ਸੋ ਇੱਕ ਛੋਟੀ ਜਿਹੀ ਕੁਲੈਕਸ਼ਨ ਹੈਗੀ ਆ, 10 ਗਾਣੇ ਨੇ, ਛੋਟੇ ਛੋਟੇ 10-10, 20-20 ਸੈਕਿੰਡ ਦੇ। ਸੋ ਇਹ ਦੇਖੋ, ਤੁਹਾਨੂੰ ਦਿਮਾਗ ਦੇ ਵਿੱਚ ਆ ਜਾਏਗਾ ਕਿ ਹਿੰਦੀ ਫਿਲਮਾਂ ਦੇ ਹਿੱਟ ਗੀਤ ਜਿਹੜੇ ਆ ਇਹਨਾਂ ਦੇ ਸੰਗੀਤ ਦੇ ਵਿੱਚ ਆਏ ਸੀਗੇ। ਦੇਖੋ ਇਹ ਜਿਹੜਾ ਕੁਲੈਕਸ਼ਨ ਜੀ। ਖੇਲ ਅਧੂਰਾ ਝੂਠੇ ਨਾ, ਪਿਆਰ ਕਾ ਬੰਧਨ, ਜਨਮ ਕਾ ਬੰਧਨ, ਜਨਮ ਦਿਖਾਈ ਦੀਏ ਯੂੰ ਕੇ ਬੇਖੁਦ ਕੀਆ, ਦਿਖਾਈ ਜੀ। ਮੇਰਾ ਖਿਆਲ ਕਾਫੀ ਜ਼ਿਹਨ ਦੇ ਵਿੱਚ ਆ ਗਿਆ ਹੋਊਗਾ ਕਿੰਨਾ ਸੰਗੀਤ ਕਿੰਨਾ ਕਿੰਨਾ ਫਿਲਮਾਂ ਦੇ ਸੀਗਾ। ਪੰਜਾਬ ਦੇ ਰਹਿਣ ਵਾਲੇ ਸੀਗੇ, ਇਹਨਾਂ ਦੀ ਵਾਈਫ ਵੀ ਪੰਜਾਬਣ ਸੀਗੀ, ਇਹ ਆਪ ਖੁਦ ਚਲੋ ਪੰਜਾਬੀ ਕਹਿ ਲਓ, ਚਾਹੇ ਮੁਸਲਿਮ ਫੈਮਿਲੀ ਨੂੰ ਸੰਬੰਧ ਰੱਖਦੇ ਹੋਣਗੇ। ਇਹਨਾਂ ਦੀ ਵਾਈਫ ਜਗਜੀਤ ਕੌਰ ਸੀ, ਜਦੋਂ ਇਹਨਾਂ ਦਾ ਵਿਆਹ ਹੋਇਆ ਪੰਜਾਬ ਦੇ ਵਿੱਚ ਹੀ ਹੋਇਆ। ਨਿੱਕੇ ਹੁੰਦੇ ਸ਼ੌਕ ਜਿਹੜਾ ਇਹਨਾਂ ਨੂੰ ਸੰਗੀਤ ਦਾ ਸੀਗਾ, ਅਤੇ ਦਿੱਲੀ ਚਲ ਗਿਆ ਸੰਗੀਤ ਸਿੱਖਣ ਵਾਸਤੇ, ਪੜ੍ਹਾਈ ਪੜ੍ਹੂਈ ਦਾ ਘੱਟ ਹੀ ਸ਼ੌਕ ਸੀਗਾ, ਫਿਲਮਾਂ ਫੁਲਮਾਂ ਦਾ ਸ਼ੌਕ ਸੀਗਾ। ਫਿਰ ਇਹ ਦਿੱਲੀ ਸਿੱਖਿਆ ਇਹਨਾਂ ਨੇ, ਫਿਰ ਲਾਹੌਰ ਚਲ ਗਿਆ ਕਹਿੰਦੇ ਬਾਬਾ ਚਿਸ਼ਤੀ ਕੋਲੇ। ਬਾਬਾ ਚਿਸ਼ਤੀ ਬਹੁਤ ਮਸ਼ਹੂਰ ਸੰਗੀਤਕਾਰ ਉਸ ਸਮੇਂ ਦੇ ਹੋਏ ਨੇ, ਉਹਨਾਂ ਕੋਲੋਂ ਵੀ ਇਹਨਾਂ ਨੇ ਸਿੱਖਿਆ, ਅਤੇ ਹੌਲੀ ਹੌਲੀ ਫਿਲਮਾਂ ਦੇ ਵਿੱਚ ਰੋਲ ਕਰਨ ਦੀ ਵੀ ਟਰਾਈ ਕੀਤੀ, ਜਿਵੇਂ ਸਾਰਾ ਕੁਝ ਹੁੰਦਾ, ਪਰ ਅਖੀਰ ਇਹ ਸੰਗੀਤਕਾਰ ਦੇ ਤੌਰ 'ਤੇ ਕਾਮਯਾਬ ਹੋਏ। ਅਤੇ 3 ਇਹਨਾਂ ਨੂੰ ਫਿਲਮ ਫਿਰ ਅਵਾਰਡ ਮਿਲੇ ਨੇ। ਕਭੀ ਕਭੀ 1969 ਦੇ ਵਿੱਚ ਆਈ ਸੀ, 1977 'ਚ ਆਈ ਸੀ ਫਿਲਮ ਕਭੀ ਕਭੀ, ਬਹੁਤ ਮਸ਼ਹੂਰ ਸੀ ਅਮਿਤਾਭ ਬੱਚਨ ਰਾਖੀ ਦੀ, ਜਿਹਦਾ ਗਾਣੇ ਤੁਸੀਂ ਸੁਣੇ ਵੀ ਆ, ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ, ਜਾਂ ਫਿਰ ਇਹਦਾ ਗਾਣਾ ਸੀਗਾ ਪਲ ਦੋ ਪਲ ਕਾ ਸ਼ਾਇਰ ਹੂੰ, ਜਾਂ ਫਿਰ ਇੱਕ ਹੋਰ ਗਾਣੇ ਬਹੁਤ ਮਸ਼ਹੂਰ ਸੀ ਇਹਦੇ, ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ, ਨਜ਼ਾਰੇ ਹਮ ਕਿਆ ਦੇਖੇ।
ਸੋ ਅਖੀਰ ਇਹ ਹੁਣ ਕਾਫੀ ਦੇਰ ਤੋਂ ਕੰਮ ਨਹੀਂ ਕਰਦੇ ਸੀਗੇ, ਬੰਬੇ ਦੇ ਵਿੱਚ ਹੀ ਰਹਿੰਦੇ ਸੀਗੇ, ਹਾਰਟ ਅਟੈਕ ਨਾਲ ਇਹਨਾਂ ਦੀ ਜਿਹੜੀ ਮੌਤ ਹੋਈ ਹੈ। ਸੋ ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਹੀ ਮੇਰੇ ਖਿਆਲ ਲੈਣੀਆਂ ਸ਼ੁਰੂ ਕਰਾਂਗੇ ਸਿੱਧੀਆਂ, ਅਤੇ ਅੱਜ ਦਾ ਖੁੱਲ੍ਹਾ ਡੁੱਲਾ ਆਪਣਾ ਮਾਹੌਲ ਹੁੰਦਾ, ਤੁਸੀਂ ਕਿਸੇ ਵੀ ਟੌਪਿਕ 'ਤੇ ਗੱਲ ਆਪਾਂ ਕਰ ਸਕਦੇ ਹਾਂ, ਚਾਹੇ ਪੰਜਾਬ ਦੇ ਹੜ੍ਹਾਂ ਦੀ ਗੱਲ ਕਰ ਲਈਏ, ਚਾਹੇ ਪੰਜਾਬ ਦੇ ਕੁਝ ਹੋਰ ਹਾਲਾਤਾਂ ਦੀ ਗੱਲ ਕਰ ਲਈਏ, ਚਾਹੇ ਫਿਲਮਾਂ ਦੀ ਗੱਲ ਕਰ ਲਈਏ, ਚਾਹੇ ਗੀਤਾਂ ਦੀ ਗੱਲ ਕਰ ਲਈਏ, ਚਾਹੇ ਕੁਛ ਸੁਣਨ ਸੁਣਾਉਣ ਦੀ ਗੱਲ ਕਰ ਲਈਏ। ਮਤਲਬ ਕਹਿਣ ਦਾ ਕਿ ਤੁਹਾਡੇ ਦਿਲ ਦੇ ਜਿਹੜੇ ਵਲਵਲੇ ਆ, ਤੁਹਾਡੇ ਦਿਲ ਦੇ ਵਿੱਚ ਜਿਹੜੀ ਕਲਾ ਛੁਪੀ ਹੋਈ ਆ, ਉਹ ਵੀ ਆਪਾਂ ਅੱਜ ਦੇ ਦਿਨ ਜਿਹੜੀ ਹੈ ਤੁਹਾਡੇ ਰੂਬਰੂ ਕਰ ਸਕਦੇ ਹੁੰਦੇ ਹਾਂ। ਸੋ ਬ੍ਰੇਕ ਤੋਂ ਬਾਅਦ ਸਿੱਧੀਆਂ ਤੁਹਾਡੀਆਂ ਕਾਲਾਂ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਸਵਾਗਤ ਜੀ ਜ਼ਾਈਨੂ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ, ਅਤੇ ਗੱਲਬਾਤ ਤਾਂ ਚੱਲ ਰਹੀ ਵੈਸੇ ਤਾਂ ਖਯਾਮ ਸਾਹਿਬ ਬਾਰੇ, ਸੰਗੀਤਕਾਰ ਜਿਹੜੇ ਹੈਗੇ ਸੀ ਬੰਬੇ ਦੇ ਵਿੱਚ, ਅਤੇ ਵੈਸੇ ਇੱਕ ਉਮਰ ਖਯਾਮ ਵੀ ਹੋਏ ਨੇ, ਸਾਡੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ, ਉਮਰ ਖਯਾਮ ਵੀ ਹੋਏ ਨੇ ਪਰ ਉਹ 1948 ਦੇ ਵਿੱਚ, ਉਹ ਪੁਰਾਣੇ 1948 ਤੋਂ ਲੈ ਕੇ 1131 ਤੱਕ ਇੱਕ ਪਰਸ਼ੀਅਨ ਜਿਹੜੇ ਕਵੀ ਸੀਗੇ, ਪਰਸ਼ੀਅਨ ਪੋਇਟ ਸੀ, ਬਹੁਤ ਵਧੀਆ ਬਹੁਤ ਮਸ਼ਹੂਰ ਹੋਏ ਨੇ, ਅਤੇ ਆਪਾਂ ਗੱਲ ਕਰ ਰਹੇ ਸੀ ਖਿਆਮ ਦੀ। ਪਰ ਖਿਆਮ ਦੀ ਅਗਰ ਗੱਲ ਕਰੀਏ ਤਾਂ 3 ਮੈਂ ਫਿਲਮਫੇਅਰ ਅਵਾਰਡਾਂ ਦੀ ਗੱਲ ਕੀਤੀ ਹੈ, ਅਤੇ ਕਵੀ ਕਵੀ ਨੂੰ ਮਿਲਿਆ ਸੀਗਾ, ਅਤੇ ਉਮਰਾਓ ਜਾਨ ਨੂੰ ਮਿਲਿਆ ਸੀ ਫਿਰ, ਅਤੇ ਨਾਲ ਦੀ ਨਾਲ ਇਹਨਾਂ ਨੂੰ 2010 ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ ਸੀ। ਅਗਰ ਭਾਰਤ ਸਰਕਾਰ ਦੀ ਗੱਲ ਕਰੀਏ, ਸਭ ਤੋਂ ਵੱਡਾ ਪੁਰਸਕਾਰ ਜਿਹੜਾ ਮੰਨਿਆ ਜਾਂਦਾ ਪਦਮ ਵਿਭੂਸ਼ਣ, ਉਹ 2010 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ। ਚਲੋ ਜੀ, ਸਾਡੇ ਵੱਲੋਂ ਸ਼ਰਧਾਂਜਲੀ ਇਹਨਾਂ ਨੂੰ, ਜਸ ਪੰਜਾਬੀ ਵੱਲੋਂ ਸ਼ਰਧਾਂਜਲੀ ਹੈ ਇੱਕ ਸੰਗੀਤ ਨੂੰ, ਸੰਗੀਤ ਦੇ ਮਹਾਰਥੀ ਨੂੰ, ਕਿਉਂਕਿ ਸੰਗੀਤ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਸੰਗੀਤ ਸਭ ਜ਼ੁਬਾਨਾਂ ਦਾ ਸਾਂਝਾ ਹੁੰਦਾ। ਆਪਾਂ ਤੁਹਾਡੀਆਂ ਕਾਲਾਂ ਲੈਂਦੇ, ਆਪਾਂ ਚੱਲਦੇ ਸ਼ੁਗਲ ਮੇਲੇ ਵੱਲ, ਜੋ ਤੁਹਾਡੇ ਦਿਲ ਦੀ ਗੱਲ ਹੈ ਉਹ ਕਰਾਂਗੇ, ਕਰੋ ਕਾਲ 'ਤੇ ਆਪਾਂ ਕਰੀਏ ਗੱਲਾਂ ਬਾਤਾਂ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ ਆ ਜੀ? ਸਰਦਾਰ ਸੁਰਿੰਦਰ ਸਿੰਘ ਜੀ ਠੀਕ ਠਾਕ, ਤੁਸੀਂ ਸੁਣਾਓ? ਪਿਛਲੇ ਦਿਨਾਂ 'ਚ ਪ੍ਰੋਗਰਾਮ ਠੀਕ ਲੱਗੇ, ਬਾਹਰੋਂ ਕੀਤੇ ਸੀ ਕਈ? ਬਹੁਤ ਵਧੀਆ, ਮੈਂ ਉੱਦਣ ਉਹ ਮੈਂ ਲਾਇਆ ਵੀਰਵਾਰ, ਤੇ ਫਿਰ ਤੁਸੀਂ ਫ੍ਰਿਜ ਨੂੰ ਕਰਦੇ ਸੀ ਪ੍ਰੋਗਰਾਮ ਉੱਦਣ, ਫ੍ਰਿਜ ਨੂੰ ਸੀ। ਹਾਂ, ਵੀਰਵਾਰ ਤੇ ਸ਼ੁੱਕਰਵਾਰ, ਫਿਰ ਉਹ ਬਾਲਮਕੰਦ ਸ਼ਰਮਾ ਸੀਗੇ ਜਿਹੜੇ ਭੱਲੇ ਨਾਲ ਜਸਵਿੰਦਰ ਭੱਲਾ ਸਾਹਿਬ ਨਾਲ ਹੁੰਦੇ ਆ, ਹਾਂਜੀ, ਤੇ ਉਹਨਾਂ ਨੇ ਮਾਰਕੀਟ ਦੇ ਲਾਂਚ ਕੀਤੇ ਸਾਗ ਵਗੈਰਾ ਨਾ ਇੱਥੇ, ਹਾਂ ਹਾਂ, ਅੱਛਾ ਅੱਛਾ, ਤੇ ਸਾਰਾ ਪ੍ਰੋਡਕਟ, ਤੇ ਉਹ ਫਿਰ ਉਹਨਾਂ ਦਾ ਪ੍ਰੋਗਰਾਮ ਉੱਥੋਂ ਕੀਤਾ ਸੀ। ਚਲੋ, ਓਵਰਆਲ ਵਧੀਆ ਰਿਹਾ। ਮੈਂ ਤਾਂ ਵੀਰਵਾਰ ਨੂੰ ਪਾਇਆ ਹੱਥ ਫੋਨ ਨੂੰ, ਫਿਰ ਜਦ ਮੈਂ ਕਿਹਾ ਜੱਗੀ ਫ੍ਰਿਜ ਨੂੰ ਬੈਠਾ, ਫਿਰ ਮੈਂ ਰੱਖ ਦਿੱਤਾ, ਮੈਂ ਕਿਹਾ ਅੱਜ ਨਹੀਂ ਲੱਗਣੀ ਕਾਲ। ਨਹੀਂ, ਵੀਰਵਾਰ ਕਾਲਾਂ ਨਹੀਂ ਲਈਆਂ ਸੀ ਫਿਰ ਵੀਰਵਾਰ, ਹਾਂ ਨਹੀਂ, ਫਿਰ ਮੈਂ ਰੱਖਤਾ, ਮੈਂ ਕਿਹਾ ਹੁਣ ਅੱਜ ਉਹ ਗੱਲਾਂ ਬਾਤਾਂ ਕਰਦੇ, ਫਿਰ ਅੱਜ ਨਹੀਂ ਗੱਲ ਹੋਣੀ। ਵੀਰਵਾਰ ਗਾਹ ਵੀ ਬਾਹਲਾ ਸੀਗਾ, ਗਾਹ ਹਾਂਜੀ ਹਾਂਜੀ, ਕਈ ਤਾਂ ਮੈਂ ਗੈਸਟ ਸੀਗੇ, ਫਿਰ ਕਲਾਕਾਰ ਸੀਗੇ, ਉਹ ਸਾਰੇ ਰਲਾ ਮਿਲਾ ਕੇ ਉਹ ਕੰਮ ਕਾਰ ਜਿਹਾ ਕੀਤਾ, ਤੇ ਉਹ ਤਾਂ ਫਿਰ ਜਾ ਕੇ ਪ੍ਰੋਗਰਾਮ। ਨਹੀਂ ਨਹੀਂ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਪਰਮਾਤਮਾ ਦੀ ਕਿਰਪਾ ਹੋਵੇ, ਫੁੱਲ ਚੱਲਦਾ ਐਨ, ਜਿੱਦਾਂ ਕਹਿੰਦੇ ਨਾ ਫੁੱਲੇ ਫਲ ਚਾਰ ਚਪੇਰੇ। ਤੁਸੀਂ ਮਾੜਾ ਜਿਹਾ ਹੋਲਡ ਰੱਖੋ ਜੀ, ਸੁਣਾਉਂਦੇ ਆਪਾਂ ਕੁਛ ਨਾ ਕੁਛ ਸੁਣਦੇ, ਮਾੜਾ ਜਿਹਾ ਹੋਲਡ ਰੱਖਿਓ। ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ ਕੀ ਸੁਣਾਉਣਾ ਚਾਹੁੰਦੇ ਅੱਜ? ਮੈਂ ਸੁਣਾਉਣਾ ਜਿਹੜੇ ਆਪਾਂ ਉਹ ਹੁਣ ਮੀਂਹ ਦਾ ਹੋਇਆ, ਇਹ ਦਰਖਤ ਦਰੁਖਤ ਵੱਢ ਤੇ ਪਹਾੜ ਪੱਟ ਸਿੱਟੇ, ਉਹਨਾਂ ਬਾਰੇ ਥੋੜਾ ਜਿਹਾ ਚਾਰ ਕੁ ਲਾਈਨਾਂ ਲਿਖੀਆਂ ਕਿਸੇ ਨੇ। ਦੇਖੋ ਜੀ, ਵੈਸੇ ਆਪਾਂ ਉੱਦਾਂ ਜੇ ਡਿਸਕਸ ਕਰੀਏ ਸੁਰਿੰਦਰ ਸਿੰਘ ਜੀ, ਇੰਨਾ ਬੁਰਾ ਹਾਲ ਹੈ, ਪਹਾੜਾਂ ਦੇ ਪਹਾੜ ਡਿੱਗ ਰਹੇ ਨੇ, ਬਹੁਤ ਚਾਰ ਚੁਫੇਰੇ ਬੁਰਾ ਹਾਲ ਹੋਇਆ ਪਿਆ। ਮੈਂ ਕਿਹਾ ਜੱਗੀ, ਅਸੀਂ ਕਨੇਡਾ ਜਾ ਕੇ ਆਏ ਹਾਂ, ਚਲੋ ਬਸ਼ਿੰਟਿੰਗ ਤੱਕ ਜਾਂਦੇ ਰਹਿੰਦੇ, ਟਰੱਕ ਚਲਾਉਂਦੇ ਸੀ, ਉੱਥੇ ਬਸ਼ਿੰਟਿੰਗ ਵੀ ਕਨੇਡਾ ਵਰਗੀ ਸੀਟ ਆਪਣੀ, ਇੱਕ ਚੱਪਾ ਸਹਿ ਵੀ ਤੁਹਾਨੂੰ ਪਹਾੜ ਦੇ ਦਰਖਤ ਤੋਂ ਬਿਨਾਂ ਨਹੀਂ ਮਿਲਦਾ। ਮੈਂ ਕਹਿੰਦਾ 100 ਸਾਲ ਵੀ ਕਨੇਡਾ ਦਰਖਤ ਵੱਢੀ ਜਾਵੇ ਪਰ ਮੁੱਕਣੇ ਨਹੀਂ, ਪਰ ਉਹ ਇੱਕ ਵੱਢਦੇ ਦੋ ਲਾਉਂਦੇ ਨਾਲ ਉਸੇ ਵੇਲੇ। ਵਾਸ਼ਿੰਗਟਨ ਉੱਥੇ ਵੈਨਕੂਵਰ ਦੇ ਨਾਲ ਹੀ ਪੈ ਜਾਂਦਾ ਨਾ, ਇੱਧਰ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਬਹੁਤ ਤੇ ਇੰਨੇ ਦਰਖਤ ਆ ਵੀ ਰਹੇ ਰੱਬ ਦਾ ਨਾਮ, ਪੋਰਟਲੈਂਡ ਵਗੈਰਾ ਜੀ। ਤੇ ਹਾਂਜੀ, ਕਹਿੰਦੇ ਕਿੱਥੇ ਕੋਇਲ ਗੀਤ ਸੁਣਾਵੇ ਪਹਿਲਾਂ ਪਾਵਣ ਮੋਰ, ਅੰਬ ਪੁੱਟ ਕੇ ਲਾਏ ਸਫੈਦੇ ਜਾ ਉੱਗੇ ਨੇ ਠੋਰ, ਬਾਗ ਵੱਢ ਲੈ ਬੰਜਰ ਹੋਈ ਜੋ ਧਰਤੀ ਸੀ ਹਰਿਆਲੀ, ਪੱਥਰਾਂ ਨੇ ਜੰਗਲ ਉਸਰੇ ਕੋਇਲ ਬਹੇ ਕਿਸ ਡਾਲੀ, ਅੰਨੇ ਬੋਲੇ ਹਾਕਮ ਹੋ ਗਏ, ਅੰਨੇ ਬੋਲੇ ਹਾਕਮ ਹੋ ਗਏ ਕੋਈ ਨਾ ਕਰਦਾ ਗੌਰ, ਕਿੱਥੇ ਕੋਇਲ ਗੀਤ ਸੁਣਾਵੇ ਪਹਿਲਾਂ ਪਾਵਣ ਮੋਰ, ਗੈਬ ਹੋ ਚੱਲੇ ਬਿਰਖ ਕਈ ਪਿੱਪਲ ਨਿੰਮ ਤੇ ਟਾਲੀ, ਗੈਬ ਹੋ ਚੱਲੇ ਬਿਰਖ ਕਈ ਪਿੱਪਲ ਨਿੰਮ ਤੇ ਟਾਲੀ, ਨਾ ਦਿਸੇ ਸਤੂਤ ਬਰੇਟਾ ਵੇਲੇ ਹੋ ਗਏ ਖਾਲੀ, ਚਪੇਰਾ ਹੀ ਪ੍ਰਦੂਸ਼ਿਤ ਹੋਇਆ ਹਾਏ ਨਾ ਵੱਡੋ ਹੋਰ, ਕਿੱਥੇ ਕੋਇਲ ਗੀਤ ਸੁਣਾਵੇ ਪਹਿਲਾਂ ਪਾਵਣ ਮੋਰ, ਹਵਾ ਪਾਣੀ ਹੈ ਜ਼ਹਿਰੀ ਹੋਇਆ ਮੁੱਲ ਜਿਉਣ ਦੀਆਂ ਲੋੜਾਂ, ਕੀ ਮੈਂ ਗਣਾਵਾਂ ਬਤਨੀ ਹਰ ਚੀਜ਼ ਦੀਆਂ ਥੋੜਾਂ, ਭੁੱਖ ਨੰਗ ਤੇ ਬੇਰੁਜ਼ਗਾਰੀ, ਭੁੱਖ ਨੰਗ ਤੇ ਬੇਰੁਜ਼ਗਾਰੀ, ਸ਼ਾਹੀ ਕਰਦੀ ਕਰਦੇ ਚੌੜ,
ਕਿੱਥੇ ਕੋਇਲ ਗੀਤ ਸੁਣਾਵੇ ਪਹਿਲਾਂ ਪਾਵਣ ਮੋਰ ਜੱਗੀ ਜੀ, ਹੁਣ ਦਰਖਤ ਹੈ ਨੀ ਕਿੱਥੇ ਕੋਇਲ ਪਹਿਲਾਂ ਪਵੇ ਤਾਂ ਕਿੱਥੇ ਮੋਰ ਉੱਠਣਾਵੇ ਮੋਰ। ਹਜੇ ਨਾ ਮੈਂ ਪੰਜਾਬ 'ਚ ਗਏ ਸੀ, ਚਿੜੀਆਂ ਬਹੁਤ ਘੱਟਦੇ ਸੀ, ਇੱਥੇ ਹੁਣ ਸਾਡੇ ਘਰ ਦੇ ਪਿੱਛੇ ਦਰਖਤ ਹੈਗਾ ਅਤੇ ਨਾਲ ਚਲੋ ਦਾਣੇ ਪਾਈਦੇ ਨੇ, ਇੰਨੀਆਂ ਸੋਹਣੀਆਂ ਚਿੜੀਆਂ ਸਾਰੀਆਂ ਆਉਂਦੀਆਂ, ਬੜਾ ਵਧੀਆ ਲੱਗਦਾ। ਅਤੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਉੱਥੇ ਮਤਲਬ ਬਿਲਡਿੰਗਾਂ ਬਣਾ ਦੀਆਂ ਵੱਡੀਆਂ ਵੱਡੀਆਂ, ਅਤੇ ਚਲੋ ਜੀ ਪੱਥਰੇ ਪੱਥਰ ਕਰਤਾ ਚਾਰ ਚੁਫੇਰੇ ਬਾਬਿਆਂ ਨੇ ਗੁਰਦੁਆਰਾ ਤੇ ਲੋਕਾਂ ਨੇ ਕੋਟੀਆਂ 'ਚ ਪੱਥਰੇ ਹੀ ਪੱਥਰੇ ਆ। ਬਿਲਕੁਲ ਜੀ ਬਿਲਕੁਲ ਬਿਲਕੁਲ, ਬਹੁਤ ਦਰਖਤ ਵੱਢ ਕੇ, ਖੇਤੀਬਾੜੀ ਵੱਢ ਕੇ ਸਾਰੇ ਬਿਲਡਿੰਗਾਂ ਉੱਚ ਗਏ। ਬਹੁਤ ਮਿਹਰਬਾਨੀ ਜੀ, ਬਿਲਕੁਲ ਧੰਨਵਾਦ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੱਗੀ ਜੀ, ਮੈਂ ਗੁਰਦੀਪ ਸਿੰਘ ਸੰਦਰ ਜੀ। ਜੀ ਸੰਦਰ ਸਾਹਿਬ ਸਵਾਗਤ ਹੈ ਜੀ, ਬਹੁਤ ਦਿਨਾਂ ਬਾਅਦ ਦਰਸ਼ਨ ਮੇਲੇ ਹੋਏ। ਹਾਂਜੀ, ਉਹ ਕਦੀ ਕਦੀ ਦੇਖਦਾ ਤੁਹਾਡਾ ਪ੍ਰੋਗਰਾਮ, ਰੋਜ਼ ਨਹੀਂ ਦੇਖ ਹੁੰਦਾ। ਅੱਛਾ ਅੱਛਾ, ਕੋਈ ਗੱਲ ਨਹੀਂ, ਬਿਜ਼ੀ ਕੰਮਾਂ ਕਾਰਾਂ 'ਚ ਹੁੰਦਾ। ਹਾਂਜੀ, ਅਤੇ ਇੱਦਾਂ ਵੀ ਮੈਂ ਇਹ ਅੱਜ ਆਪਣੀ ਸਵਰਗਵਾਸੀ ਮਾਂ ਨੂੰ ਕਵਿਤਾ ਲਿਖੀ ਹੈ, ਪਰ ਸ਼ੋਰਟ 'ਚ ਸੁਣਾਵਾਂਗਾ, ਸਿਰਫ ਦੋ ਪੈਰੇ ਸੁਣਾਵਾਂਗਾ। ਜੀ 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 ਜ਼ਰੂਰ ਜੀ, ਲੰਬਾ ਨਹੀਂ ਕਰਾਂਗਾ ਮੈਂ, ਅਗਲੇ ਦੋ ਪੈਰੇ ਉਹ ਤੋਂ ਅਗਲੇ 'ਚ ਸੁਣਾ ਦਿਆਂਗਾ, ਪਰ ਹੁਣ ਦੋ ਹੀ ਪੈਰੇ। ਸਭ ਮਾਵਾਂ ਨੂੰ ਸਮਰਪਿਤ, ਸਭ ਮਾਵਾਂ ਨੂੰ, ਸਭ ਮਾਵਾਂ ਨੂੰ। ਇੱਕ ਹਫ਼ਤਾ ਮੈਂ ਆਪਣੀ ਯਾਨੀ ਘਰਵਾਲੀ ਨੂੰ ਕੀ ਕਹਿ ਰਿਹਾ ਆਪਣੀ ਮਾਂ ਦੇ ਬਾਰੇ। ਜੀ, ਮੰਨਦਾ ਹਾਂ ਤੂੰ ਮੇਰੀ ਜੀਵਨ ਸਾਥਣ ਏ, ਮੈਂ ਤੈਨੂੰ ਕਿਵੇਂ ਭੁਲਾਵਾਂ, ਪਰ ਉਸ ਦਿਲ ਨੂੰ ਮੈਂ ਕਿਵੇਂ ਭੁਲਾਵਾਂ ਜਿਹੜੀ ਹਰ ਰੋਜ਼ ਦਰਵਾਜ਼ੇ ਉੱਤੇ ਖੜੀ ਹੋ ਕੇ ਕਹਿੰਦੀ ਸੀ, ਬੇਟਾ ਘਰ ਜਲਦੀ ਆ ਜਾਣਾ। ਦੂਜਾ ਦੋ ਪੈਰੇ ਸੁਣਾਵਾਂਗਾ, ਦੂਜਾ ਪੈਰਾ ਆ, ਮੇਰੀਆਂ ਸਾਰੀਆਂ ਗਲਤੀਆਂ ਨੂੰ ਉਹ ਮੁਆਫ ਕਰਦੀ ਸੀ, ਗੁੱਸੇ ਵਿੱਚ ਵੀ ਮੈਨੂੰ ਉਹ ਪਿਆਰ ਕਰਦੀ ਸੀ, ਹਰ ਵਕਤ ਹੁੰਦੀ ਸੀ ਉਹਦੇ ਬੁੱਲਾਂ ਉੱਤੇ ਦੁਆ ਮੇਰੇ ਲਈ, ਏਦਾਂ ਕਰਨ ਵਾਲੀ ਸਿਰਫ ਤੇ ਸਿਰਫ ਮੇਰੀ ਮਾਂ ਹੁੰਦੀ ਸੀ। ਥੈਂਕ ਯੂ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਮਾਵਾਂ ਦੀ ਗੱਲਬਾਤ ਕੀਤੀ ਹੈ। ਔਰ ਅੱਛਾ, ਮਾਵਾਂ ਦੀ ਤੋਂ ਜੋਕ ਵੀ ਇੱਕ ਯਾਦ ਆ ਗਿਆ, ਕੋਈ ਬੰਦਾ ਕਹਿੰਦੇ ਗਿਆ ਰਾਤ ਨੂੰ ਤੂਫਾਨ ਸੀ, ਹਨੇਰੀ ਬਹੁਤ, ਜਿਵੇਂ ਹੁਣ ਅੱਜ ਕੱਲ੍ਹ ਮਾਹੌਲ ਪੰਜਾਬ ਦੇ ਵਿੱਚ ਹੈਗਾ ਮੀਂਹ ਕਣੀ ਦਾ ਪੂਰਾ ਮਾਹੌਲ ਸੀ, ਅਤੇ ਬੰਦਾ ਕੋਈ ਦੁਕਾਨ 'ਤੇ ਕੋਈ ਸੌਦਾ ਲੈਣ ਗਿਆ, ਅਤੇ ਦੁਕਾਨਦਾਰ ਨੇ ਪੁੱਛਿਆ ਭਾਅ ਜੀ ਤੁਸੀਂ ਵਿਆਹੇ ਹੋਏ ਹੋ? ਕਹਿੰਦਾ ਹੁਣ ਤੂੰ ਆਪ ਹੀ ਸੋਚ ਵੀ ਇੰਨੇ ਝੱਖੜ ਦੇ ਵਿੱਚ, ਇੰਨੇ ਤੂਫਾਨ ਦੇ ਵਿੱਚ ਕੋਈ ਮਾਂ ਆਪਦੇ ਬੇਟੇ ਨੂੰ ਭੇਜਦੀ ਹੈ ਕੋਈ ਸੌਦਾ ਲੈਣ ਵਾਸਤੇ? ਇਹ ਘਰ ਜੋਕ ਬਣੇ ਨੇ, ਐਸੀ ਗੱਲ ਨਹੀਂ, ਘਰ ਵਾਲੀਆਂ ਵੀ ਬਹੁਤ ਧਿਆਨ ਰੱਖਦੀਆਂ, ਘਰ ਵਾਲੀਆਂ ਥੋੜ੍ਹਾ ਜਿਹਾ ਹੋਰ ਧਿਆਨ ਜ਼ਿਆਦਾ ਰੱਖਦੀਆਂ, ਵੀ ਇੱਧਰ ਉੱਧਰ ਤਾਂ ਨਹੀਂ ਕਿਤੇ ਕੋਈ ਗੱਲਬਾਤ ਹੈਗੀ। ਪਰ ਮਾਵਾਂ ਦੀ ਅਗਰ ਜ਼ਿਕਰ ਕੀਤਾ, ਸੋ ਅੱਜ ਦਿਨ ਖੁੱਲ੍ਹਾ ਹੁੰਦਾ ਮਾਂ ਦਾ ਜ਼ਿਕਰ ਕੀਤਾ ਇਹਨਾਂ ਨੇ, ਔਰ ਮਾਵਾਂ ਜਿਹਨਾਂ ਦੀਆਂ ਹੈਗੀਆਂ ਪਰਮਾਤਮਾ ਚੜ੍ਹਦੀ ਕਲਾ ਰੱਖੇ, ਅਤੇ ਨਾਲ ਦੀ ਨਾਲ ਜਿਹਨਾਂ ਦੀਆਂ ਮਾਵਾਂ ਨਹੀਂ ਹੈ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਅਸੀਂ ਅਗਰ ਗੱਲ ਕਰਦੇ ਸੀਗੇ ਖਿਆਮ ਦੀ ਗੱਲ, ਨਾਲ ਨਾਲ ਤੁਹਾਡੇ ਨਾਲ ਚੱਲਦੀ ਸੀ, ਨਾਲ ਨਾਲ ਤੁਹਾਡੀਆਂ ਕਾਲਾਂ ਲੈ ਰਹੇ ਸੀਗੇ, ਮੇਰੇ ਮੋਬਾਈਲ 'ਤੇ ਕਾਫੀ ਕਾਲਾਂ ਆ ਰਹੀਆਂ ਨੇ, ਮੈਂ ਕਹਿੰਦਾ ਵੀ ਤੁਸੀਂ ਇੱਥੇ ਕਾਲਾਂ ਕਰੋ, ਅਤੇ ਇਹ ਕਾਲ ਮੈਂ ਹੋਲਡ ਕਰਨ ਨੂੰ ਕਈ ਵਾਰੀ ਥੋੜ੍ਹਾ ਜਿਹਾ ਪ੍ਰੋਬਲਮ ਆਉਂਦੀ ਹੈ, ਅਦਰਵਾਈਜ਼ ਕਾਲ ਮੈਂ ਹੋਲਡ ਕਰਕੇ ਅਤੇ ਤੁਹਾਡੀ ਗੱਲ ਦੁਬਾਰਾ ਜਿਹੜੀ ਕਰ ਲੈ ਲੈਂਦਾ ਹੁੰਦਾ। ਸੋ ਗੱਲ ਕਰਦੇ ਸੀ ਖਿਆਮ ਦੀ, ਅਤੇ ਉਹਨਾਂ ਦੇ ਗੀਤ ਜਿਹੜੇ ਹਜ਼ਾਰਾਂ ਆਏ ਨੇ, ਕਵੀ ਕਵੀ ਉਮਰਾਓ ਜਾਂ ਦਿਲੇ ਨਦਾਨ ਦਰਦ, ਔਰ ਕਾਫੀ ਹਜ਼ਾਰਾਂ ਗੀਤ ਹਜ਼ਾਰਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਸੰਗੀਤ ਦਿੱਤਾ। ਅਗਰ ਸੰਗੀਤ ਪ੍ਰੇਮੀਆਂ ਦੀ ਗੱਲ ਕਰੀਏ ਤਾਂ ਸੰਗੀਤ ਪ੍ਰੇਮੀ ਜਿਹੜੇ ਸਾਡੇ ਹੈਗੇ ਨੇ ਉਹ ਹਰ ਤਰ੍ਹਾਂ ਦੇ ਸੰਗੀਤ ਨੂੰ ਪਸੰਦ ਕਰਦੇ ਨੇ। ਚਲੋ ਕਾਲ ਨਾਲ ਨਾਲ ਲੈ ਲੈਂਦੇ, ਬ੍ਰੇਕ ਲੈਣ ਲੱਗਾ ਸੀ ਮੈਂ। ਹੈਲੋ ਹੈਲੋ, ਹਾਂਜੀ ਸੁਦਰਸ਼ਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਖਿਆਮ ਦੇ ਸੰਗੀਤ ਦੇ ਵਿੱਚ, ਖਿਆਮ ਦਾ ਬੜਾ ਲਾਸ ਹੋਇਆ, ਬਹੁਤ ਲਾਸ ਹੋਇਆ, ਬਹੁਤ ਜ਼ਬਰਦਸਤ, ਬੜੇ ਹੀ ਪਿਆਰੇ ਗਾਣੇ, ਬਹੁਤ ਪਿਆਰੇ ਗਾਣੇ ਗਾਣੇ। ਹਾਂਜੀ, ਲਤਾ ਜੀ ਨੇ, ਮੁਹੰਮਦ ਰਫੀ ਨੇ, ਕਿਸ਼ੋਰ ਕੁਮਾਰ ਨੇ, ਬਹੁਤ ਹੀ ਸੋਹਣੇ, ਇੱਕ ਇੱਕ ਤੋਂ ਇੱਕ ਵੱਧ ਕੇ, ਇੱਕ ਤੋਂ ਇੱਕ ਵੱਧ, ਸਭ ਨੇ ਉਹਨਾਂ ਦੇ ਗੀਤ ਗਾਏ ਸੰਗੀਤ ਦੇ ਵਿੱਚ। ਯਾ ਜੀ, ਤੇ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਉਮਰਾਵ ਜਾਨ ਦਾ, ਮੈਂ ਉਮਰਾਵ ਜਾਨ ਦਾ ਉਹਨਾਂ ਦਾ ਗਾਇਆ ਚਾਰ ਇੱਕ ਪੈਰਾਗ੍ਰਾਫੀ ਸ਼ੇਅਰ ਕਰਾਂਗੀ। ਬਹੁਤ ਵਧੀਆ ਗੀਤ ਸੀ, ਬਹੁਤ ਵਧੀਆ। ਇਨ ਆਂਖੋਂ ਕੀ ਮਸਤੀ ਕੀ ਇਨ ਆਂਖੋਂ ਕੀ ਮਸਤੀ ਕੀ ਮਸਤਾਨੀ ਹਜ਼ਾਰੋ ਹੈ ਮਸਤਾਨੀ ਹਜ਼ਾਰੋ ਹੈ ਇਨ ਆਂਖੋਂ ਸੇ ਬਾਵਸਤਾ ਇਨ ਆਂਖੋਂ ਸੇ ਬਾਵਸਤਾ ਅਫਸਾਨੇ ਹਜ਼ਾਰੋ ਹੈ ਇਨ ਆਂਖੋਂ ਕੀ ਮਸਤੀ ਕੀ ਇੱਕ ਤੁਮ ਹੀ ਨਹੀਂ ਤਨਹਾ ਇੱਕ ਤੁਮ ਹੀ ਨਹੀਂ ਤਨਹਾ ਉਲਫਤ ਮੇਰੀ ਰੁਸਵਾ ਉਲਫਤ
ਕੀ ਮਸਤੀ ਕੀ। ਥੈਂਕ ਯੂ। ਵਾਹ ਜੀ ਵਾਹ, ਫਿਲਮ ਫੇਅਰ ਅਵਾਰਡ ਮਿਲਿਆ ਸੀਗਾ ਜੀ ਇਸ ਗਾਣੇ ਨੂੰ। ਜ਼ਰੂਰ ਕੋਈ ਵੀ ਆਪਣਾ ਵਿਚਾਰ ਸਾਂਝਾ ਕਰਨਾ ਚਾਹੁੰਦੇ ਕਿਸੇ ਵੀ ਟੋਪਿਕ ਤੇ ਪੂਰੀ ਦੁਨੀਆਂ ਵਿੱਚ ਬੈਠੇ ਪੰਜਾਬੀ, ਤਾਂ ਉਹ ਨੰਬਰ ਜਿਹੜਾ ਸਾਡਾ ਸਕਰੀਨ ਤੇ ਆ ਰਿਹਾ ਉਹ ਡਾਇਲ ਕਰਕੇ ਗੱਲਬਾਤ ਆਪਾਂ ਕਰ ਸਕਦੇ ਹੁੰਦੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਸਵਾਗਤ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ। ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਦੇ ਹਾਂ, ਜਾਣਦੇ ਹਾਂ ਤੁਹਾਡੇ ਵਿਚਾਰ। ਅੱਜ ਖੁੱਲ੍ਹੀ ਗੱਲਬਾਤ ਹੁੰਦੀ ਹੈ, ਕਿਸੇ ਵੀ ਵਿਸ਼ੇ 'ਤੇ ਗੱਲ ਕਰ ਸਕਦੇ ਹੋ, ਕੁਛ ਵੀ ਸੁਣ ਸਕਦੇ ਹੋ ਜਾਂ ਸੁਣਾ ਸਕਦੇ ਹੋ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ। ਜੀ ਧੀਰ ਸਾਹਿਬ, ਬਹੁਤ ਬਹੁਤ ਸਵਾਗਤ ਜੀ, ਕੀ ਵਿਚਾਰ? ਹਾਂਜੀ, ਤੁਸੀਂ ਸ਼ਾਮ ਸਾਹਿਬ ਨੂੰ ਯਾਦ ਕੀਤਾ ਜੀ। ਇਹਨਾਂ ਦਾ ਜਨਮ ਜਲੰਧਰ ਦੇ ਜਲੰਧਰ ਸ਼ਹਿਰ ਦੇ ਵਿੱਚ ਹੋਇਆ ਸੀ। ਨਹੀਂ ਰਾਹੋਂ ਦੇ ਵਿੱਚ ਕਹਿ ਰਹੇ ਨੇ, ਰਾਹੋਂ ਚ ਨਹੀਂ, ਜਲੰਧਰ ਦੇ ਵਿੱਚ ਹੋਇਆ ਸੀ। ਨਹੀਂ ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਜਲੰਧਰ ਸੀਗਾ ਉਦੋਂ ਇਹ, ਜ਼ਿਲ੍ਹਾ ਜਲੰਧਰ। ਹੁਣ ਜਿਹੜੇ ਹੁਣ ਇਹ ਹੁਣ ਨਵਾਂ ਸ਼ਹਿਰ ਦੇ ਵਿੱਚ ਆ ਗਿਆ ਰਾਹੋਂ, ਪਹਿਲਾਂ ਉਦੋਂ ਉਸ ਸਮੇਂ ਚ ਜ਼ਿਲ੍ਹਾ ਜਲੰਧਰ ਦੇ ਵਿੱਚ ਸੀ। ਮੇਰੇ ਪਿੰਡ ਦੇ ਦੂਜੇ ਪਾਸੇ ਹੀ ਆ, ਵਿਚਾਲੇ ਇੱਕ ਸਤਲੁਜ ਦਰਿਆ ਪੈਂਦਾ। ਹਾਂਜੀ ਹਾਂਜੀ। ਤੇ ਉਹਨਾਂ ਦੇ ਉਹ ਦੇਖੋ ਜੀ, ਲਿਖਿਆ ਤਾਂ ਬਹੁਤ ਕੁਛ। ਮੈਂ ਦੇਖੋ ਜਿਹੜੀ ਸਾਡੀ ਇੰਡੀਆ ਦੀ ਫਿਲਮ ਇੰਡਸਟਰੀ ਆ ਨਾ ਜੀ, ਇਹ ਸਾਡੇ ਮੁਸਲਮਾਨ ਭਰਾਵਾਂ ਦੀ ਬਹੁਤ ਵੱਡੀ ਦੇਣ ਆ ਜੀ। ਬਿਲਕੁਲ, ਹੀਰੋ ਵੀ ਦੇਖ ਲਓ ਜੀ ਸਾਰੇ। ਹਾਂਜੀ ਹਾਂ, ਮਹਿਬੂਬ ਖਾਨ ਸੀ, ਉਹਨਾਂ ਨੇ ਦੇਖੋ ਕਿੰਨੀਆਂ ਤਕੜੀਆਂ ਫਿਲਮਾਂ ਬਣਾਈਆਂ। ਫਿਰ ਇਹ ਕੇ ਆਸਫ, ਨਾਸਰ ਨਾਸਰ ਖਾਨ, ਨੌਸ਼ਾਦ ਅਲੀ, ਔਰ ਤੁਸੀਂ ਦੇਖੋ ਸ਼ਮਸ਼ਾਦ ਬੇਗਮ, ਨੂਰ ਜਹਾਂ ਵੀ ਸੀ। ਬਹੁਤ ਨਾਂ ਨੇ ਜਿਹੜੇ ਕਈ ਵਾਰੀ ਨਹੀਂ ਦਿਮਾਗ ਦੇ ਵਿੱਚ ਨਹੀਂ ਆਉਂਦੇ। ਇਹਨਾਂ ਨੇ ਸਾਰੀ ਫਿਲਮ ਇੰਡਸਟਰੀ ਦੇਖੋ, ਇਹਨਾਂ ਨੇ ਬਹੁਤ ਸ਼ੁਰੂ ਤੋਂ ਖੜੀ ਕੀਤੀ ਆ ਜੀ। ਬਹੁਤ ਵੱਡੀ ਦੇਣ ਆ ਜੀ। ਹਾਂਜੀ, ਬਹੁਤ ਵੱਡੀ ਦੇਣ ਆ। ਜਿੰਨਾ ਚਿਰ ਤੱਕ ਉਰਦੂ ਸ਼ਾਇਰੀ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ ਰਹੀ ਔਰ ਸ਼ਾਨਦਾਰ ਗੀਤ ਆਉਂਦੇ ਰਹੇ, ਜਿੰਨੇ ਵੀ ਦੇਖੋ ਗੀਤ ਆ, ਕੋਈ ਵੀ ਪੁਰਾਣੇ ਉਰਦੂ ਦੇ, ਉਹਨਾਂ ਦੀ ਸ਼ਾਇਰੀ, ਉਹ ਕਮਾਲ ਦੀ ਸ਼ਾਇਰੀ ਇਹਨਾਂ ਨੇ ਲਿਖੀ ਆ ਉਰਦੂ ਵਾਲਿਆਂ ਨੇ ਜੀ। ਬਿਲਕੁਲ ਜੀ, ਬਿਲਕੁਲ, ਨੋ ਡਾਊਟ। ਹਾਂਜੀ, ਓਕੇ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਧੀਰ ਸਾਹਿਬ, ਬਹੁਤ ਮਿਹਰਬਾਨੀ। ਹੈਲੋ 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 ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਸ਼ਾ ਸ਼ਾ ਕਰਦੀ ਹੈ। ਹਾਂਜੀ ਹਾਂਜੀ, ਹੁਣ ਠੀਕ ਹੈ, ਥੋੜ੍ਹਾ ਜਿਹਾ ਹੋਰ ਠੀਕ ਕਰੋ। ਹਾਂਜੀ ਹਾਂਜੀ ਹਾਂਜੀ, ਕੌਣ ਬੋਲਦੇ? ਜਸਵੀਰ ਸਿੰਘ ਬੋਲਦਾ ਜੀ, ਜਸਵੀਰ। ਹਾਂਜੀ ਹਾਂਜੀ, ਜੱਸੀ ਸਾਹਿਬ ਠੀਕ ਠਾਕ ਹੋ? ਹਾਂਜੀ, ਤੁਸੀਂ ਸੁਣਾਓ ਜੀ। ਅੱਛਾ, ਟੋਰਾਂਟੋ ਤੋਂ ਮੂਵ ਹੋਏ ਫਿਰ ਹੈ ਇੱਧਰ ਸਿਨਸਿਨੈਟੀ? ਹਾਂ ਹਾਂਜੀ, ਨਹੀਂ ਇੰਡੀਆਨਾ। ਇੰਡੀਆਨਾ, ਅੱਛਾ, ਤੇ ਕੀ ਕਾਰਨ ਮੂਵ ਹੋਣ ਦਾ? ਚਲੋ ਆਪਾਂ ਵੈਸੇ ਸ਼ੁਗਲ ਮੇਲੇ 'ਚ ਗੱਲ ਕਰਦੇ, ਤੁਹਾਡੀ ਆਵਾਜ਼ ਬੜੀ ਅੱਛੀ ਗਾਉਂਦੇ ਤੁਸੀਂ, ਬਹੁਤ ਸੋਹਣਾ। ਬਸ ਜੀ, ਬਿਜ਼ਨਸ ਲਿਆ ਇੱਕ ਦਾ। ਅੱਛਾ, ਉਹਦੇ ਕਰਕੇ ਇੱਧਰ ਨੂੰ ਆਏ। ਹਾਂਜੀ, ਚਲੋ ਚੰਗੀ ਗੱਲ ਹੈ ਜੀ, ਪਰਮਾਤਮਾ ਚੜ੍ਹਦੀ ਕਲਾ ਬਖਸ਼ ਜਿੱਥੇ ਵੀ ਹੈਗੇ ਆ। ਤੇ ਕੀ ਸੁਣਾਓਗੇ, ਕੋਈ ਕੈਸਟ ਵਗੈਰਾ ਵੀ ਆਈ ਪਹਿਲੇ ਆ ਜਾਂ ਨਹੀਂ ਅਜੇ ਕੋਈ? ਹਾਂਜੀ, ਕੈਸਟ ਆਈ ਸੀ ਮੇਰੀ 2007 'ਚ, ਤੇ ਪੀ ਕੇ ਪੱਬਾ 'ਚੋਂ ਸੀਗੀ। ਤੇ ਫਿਰ ਉਹਦੇ ਹੈਗੇ ਆ ਯੂਟਿਊਬ 'ਤੇ 2-4 ਗਾਣੇ। ਅੱਛਾ, ਫਿਰ ਗੈਪ ਪਾਤਾ। ਹਾਂਜੀ। ਅੱਛਾ, ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ? ਦੋ ਲਾਈਨਾਂ ਸੁਣਾ ਦਿੰਦਾ ਤੁਹਾਨੂੰ ਜੀ। ਲੱਗੀਆਂ ਨੇ ਸਦਾ ਲਾਈ ਰੱਖੀ ਦਾਤਿਆ, ਲੱਗੀਆਂ ਨੇ ਮੌਜਾਂ ਸਦਾ ਲਾਈ ਰੱਖੀ ਦਾਤਿਆ। ਉਹ ਮੰਨਦੇ ਹਾਂ ਕਿ ਚੰਗੇ ਹਾਂ, ਨਿਭਾਈ ਰੱਖੀ ਦਾਤਿਆ, ਲੱਗੀਆਂ ਨੇ ਮੌਜਾਂ। ਵਾਹ ਜੀ ਵਾਹ। ਆਕਾ ਦੇ ਗੁਲਾਮਾਂ ਦਾ ਮੈਂ ਅਦਨਾ ਗੁਲਾਮ, ਲੋਕੀ ਕਹਿੰਦੇ ਖਾਸ ਮੈਨੂੰ, ਮੈਂ ਤੇ ਆਮਾ ਤੂੰ ਵੀ ਆਮ, ਲੋਕੀ ਕਹਿੰਦੇ ਖਾਸ ਮੈਨੂੰ,
ਮੈਂ ਤੇ ਆਮ ਤੋਂ ਵਿਆਮ ਇਹ ਪਰਦਾ ਜੇ ਪਾਇਆ ਤੇ ਪਾਈ ਰੱਖੀ ਇਹ ਪਰਦਾ ਜੇ ਪਾਇਆ ਤੇ ਪਾਈ ਰੱਖੀ ਦਾ ਤਿਆਹ ਉਹ ਮੰਨਦੇ ਹਾਂ ਕੇ ਚੰਗੇ ਹਾਂ ਨਿਭਾਈ ਰੱਖੀ ਦਾ ਤਿਆਹ ਲੱਕੀਆਂ ਨੇ ਮੌਜਾਂ ਵਾਹ ਜੀ ਵਾਹ ਵਾਹ ਜੀ ਵਾਹ ਕਿਸੇ ਨੂੰ ਮੈਂ ਆਪਣਾ ਟੁਕੜਾ ਸੁਣਾਇਆ ਨਹੀਂ ਤੇਰੇ ਬਾਜੋ ਕਿਸੇ ਮੈਨੂੰ ਗਲ ਨਾਲ ਲਾਇਆ ਨਹੀਂ ਤੇਰੇ ਬਾਜੋ ਕਿਸੇ ਮੈਨੂੰ ਗਲ ਨਾਲ ਲਾਇਆ ਨਹੀਂ ਜੇ ਗਲ ਨਾਲ ਲਾਇਆ ਤੇ ਲਾਈ ਰੱਖੀ ਦਾ ਤਿਆ ਜੇ ਆਪਣਾ ਬਣਾਇਆ ਤੇ ਬਣਾਈ ਰੱਖੀ ਦਾ ਤਿਆ ਉਹ ਮੰਨਦੇ ਹਾਂ ਕੇ ਚੰਗੇ ਹਾਂ ਨਿਭਾਈ ਰੱਖੀ ਦਾ ਤਿਆ ਜੀ ਲੱਗੀਆਂ ਨੇ ਜੀ ਜਸਵੀਰ ਜੀ ਜਸਵੀਰ ਜੀ ਬਹੁਤ ਮਿਹਰਬਾਨੀ ਆਪਾਂ ਨਾ ਤੁਸੀਂ ਸੋਮਵਾਰ ਦੀ ਸੋਮਵਾਰ ਹਾਜ਼ਰੀ ਲਵਾਇਆ ਕਰੋ ਤੇ ਦੋ ਅੰਤਰੇ ਤੇ 27 ਤੇ ਕਿਹਦਾ ਲਿਖਿਆ ਸੀ ਇਹ ਗੀਤ ਇਹ ਲਿਖਿਆ ਤਾਂ ਆਪਣੇ ਪਾਕਿਸਤਾਨ ਦੇ ਕਿਸੇ ਸ਼ਹਿਰ ਦਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਚਲੋ ਆਲ ਦਾ ਬੈਸਟ ਤੇ ਸੋਮਵਾਰ ਦੀ ਸੋਮਵਾਰ ਤੁਸੀਂ ਕਾਲ ਕਰਦੇ ਰਹੋ ਸੋਮਵਾਰ ਅਸੀਂ ਸਾਡਾ ਇਹ ਸ਼ੁਗਲ ਮੇਲਾ ਇੱਦਾਂ ਹੁੰਦਾ ਬਹੁਤ ਮਿਹਰਬਾਨੀ ਜੀ ਗੱਲਾਂ ਬਾਤਾਂ ਸਿਲਸਿਲਾ ਚੱਲਦਾ ਅਜੇ ਇੱਦਾਂ ਹੀ ਚੱਲਣਾ ਹੋਰ ਥੋੜ੍ਹੀ ਦੇਰ ਵਾਸਤੇ ਤੁਸੀਂ ਵੀ ਕਾਲ ਕਰਕੇ ਆਪਣੇ ਦਿਲ ਦੇ ਵਲਵਲੇ ਆਪਣੇ ਦਿਲ ਦੀ ਗੱਲ ਜਿਹੜੀ ਹੈ ਲੱਖਾਂ ਪੰਜਾਬੀਆਂ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਸਵਾਗਤ ਇੱਕ ਵਾਰ ਫਿਰ ਜ਼ਾਇਨੂ ਜਲਵੇ ਜੱਗੀ ਦੇ ਵਿੱਚ ਅਤੇ ਗੱਲਾਂ ਬਾਤਾਂ ਅੱਜ ਚੱਲ ਰਹੀਆਂ ਨੇ ਕੁਛ ਵੀ ਸੁਣ ਸੁਣਾਉਣ ਦੀ ਗੱਲਬਾਤ ਚੱਲਦੀ ਹੈ ਬੜਾ ਵਧੀਆ ਬ੍ਰੇਕ ਤੋਂ ਪਹਿਲਾਂ ਗਾ ਕੇ ਗਏ ਨੇ ਸਾਡੇ ਕਾਲਰ ਅਤੇ ਤੁਹਾਡੇ ਕੀ ਵਿਚਾਰ ਨੇ ਕੀ ਕਹਿਣਾ ਚਾਹੁੰਦੇ ਹੋ ਜਾਂ ਕੀ ਸੁਣਾਉਣਾ ਚਾਹੁੰਦੇ ਹੋ ਸਾਡੇ ਲੱਖਾਂ ਪੰਜਾਬੀਆਂ ਨੂੰ ਕਰਦੇ ਹਾਂ ਗੱਲਬਾਤ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਕੌਣ ਬੋਲਦੇ ਮੈਂ ਜੀ ਗੁਰਮੇਲ ਧਾਲੀਵਾਲ ਜੀ ਧਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਹੜ੍ਹਾਂ ਬਾਰੇ ਇੱਕ ਮਤਲਬ ਜਿੱਦਾਂ ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਸੀਗਾ 88-89 ਦੇ ਵਿੱਚ ਅੱਛਾ ਤੇ ਜੇ ਕਰੋ ਤਾਂ ਮਤਲਬ ਅਲਾਓ ਕਰੋ ਤਾਂ 3-4 ਮਿੰਟ ਲੱਗਣਗੇ ਹਾਂਜੀ ਨਹੀਂ ਕੋਈ ਨਹੀਂ ਤੁਸੀਂ ਦੱਸੋ ਜ਼ਰੂਰ ਆਪਾਂ ਗੱਲਾਂ ਬਾਤਾਂ ਵਾਸਤੇ ਬੈਠੇ ਜੀ ਹਾਂਜੀ ਹਾਂਜੀ ਇੱਕ ਮੈਸੇਜ ਵੀ ਹੋਏਗਾ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਸੁੱਖ ਆਰਾਮ ਦੀ ਜ਼ਿੰਦਗੀ ਤੇ ਉਹ ਜ਼ਿੰਦਗੀ ਦਾ ਬੜਾ ਫਰਕ ਹੈ ਮਤਲਬ ਜੀ ਜੀ ਤੇ ਇੱਥੇ ਉਦੋਂ 88 ਦੇ ਵਿੱਚ ਆਏ ਸੀ ਤੇ ਝੋਨੇ ਦੀ ਫਸਲ ਪੱਕੀ ਹੋਈ ਸੀ ਮੇਰੇ ਕੋਲ ਸਤੰਬਰ ਦੇ ਵਿੱਚ ਹੀ ਆਏ ਸੀ ਉਦੋਂ ਕਦੋਂ ਅਗਸਤ ਨਹੀਂ ਉਦੋਂ ਝੋਨੇ ਦੀ ਫਸਲ ਪੱਕੀ ਹੋਈ ਸੀਗੀ ਪਾਣੀ ਛੱਡਿਆ ਸੀ ਉਦੋਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਸੀ ਇਹਨਾਂ ਨੇ ਪਿੰਡ ਵਿੱਚ ਹੁਣ ਵੀ ਸੇਮ ਹਾਲਾਤ ਨੇ ਹਾਂਜੀ ਬਿਆਸ ਦੇ ਰਾਜ ਦੇ ਪਾਣੀ ਛੱਡਿਆ ਸੀਗਾ ਤੇ ਜੀ ਬਹੁਤ ਮਤਲਬ ਬੰਦ ਟੁੱਟ ਗਿਆ ਸੀ ਤੁਸੀਂ ਦਾ ਬੰਦ ਜਿਹੜਾ ਸੀ ਹਾਂਜੀ ਤੇ ਉਦੋਂ ਝੋਨਾ ਫਿਰ ਇਹ ਮਸਲਾ ਹੈ ਵੀ ਝੋਨਾ ਹੁਣ ਕਿੱਦਾਂ ਕੱਢਿਆ ਜਾਵੇ ਉਹਦਾ ਕੰਬਾਈਨ ਨਾ ਵਧਾਉਂਦੇ ਸੀ ਸਾਡਾ ਮਤਲਬ ਝੋਨਾ ਬਹੁਤ ਮੰਡ ਹੁੰਦਾ ਸੀਗਾ ਜੀ ਜੀ ਤੇ ਉਹ ਫਿਰ ਅਸੀਂ ਬਿਹਾਰ ਤੋਂ ਲੇਬਰ ਮੰਗਾਈ ਤੇ ਉਹਨਾਂ ਨੇ ਮਤਲਬ ਵਿੱਚ ਖੜ ਕੇ ਉੱਪਰੋਂ ਉੱਪਰੋਂ ਵੱਢਿਆ ਤੇ ਲੂਣ ਤੇ ਰੋਟੀ ਉਹ ਖਾਂਦੇ ਸੀ ਲੂਣ ਪਾ ਕੇ ਲੂਣ ਉੱਤੇ ਘੁੰਮ ਭੁੱਕੇ ਮਤਲਬ ਕੋਈ ਬਾਲਣ ਬੁਲਣ ਕੱਖ ਨਹੀਂ ਸੀ ਉਹਨਾਂ ਅਸੀਂ ਵੀ ਰੋਟੀਆਂ ਉਹਨਾਂ ਨੂੰ ਮਤਲਬ ਆਟਾ ਜੋ ਵੀ ਸੀ ਚਲੋ ਜੀ ਫਿਰ ਸਾਡੇ ਮੂਹਰੇ ਮਸਲਾ ਪੈਦਾ ਹੋਇਆ ਵੀ ਹੁਣ ਇਹ ਝੋਨਾ ਮੰਡੋ ਕੱਢਿਆ ਕਿੱਦਾਂ ਜਾਵੇ ਪਾਣੀ ਟਰਾਲੀਆਂ ਜਾ ਨਹੀਂ ਸਕਦੀਆਂ ਅੱਛਾ ਜੀ ਤੇ ਉਹਨਾਂ ਕੋਲ ਚੜਾਇਆ ਸੀਗਾ ਅੱਛਾ ਤੇ ਫਿਰ ਜਦੋਂ ਫਿਰ ਮੇਰਾ ਛੋਟਾ ਭਰਾ ਸੀ ਉਹ ਥੋੜਾ ਦਿਮਾਗ ਕੰਮ ਕਰ ਗਿਆ ਕਹਿੰਦਾ ਲੈਫਟ ਤੇ ਰਾਸਤੇ ਦੋ ਗੋਰੀਆਂ ਆਪਾਂ ਲਈ ਜਾਂਦੇ ਦੋ ਤਿੰਨ ਜਿੰਨੀਆਂ ਵੀ ਹੈਗੀਆਂ ਟਰੈਕਟਰ ਦੀ ਲਿਫਟ ਤੇ ਹਾਂਜੀ ਹਾਂਜੀ ਤੇ ਉਹ ਅਸੀਂ ਤੁਸੀਂ ਬੰਨ ਹੁੰਦਾ ਸੀ ਤੁਸੀਂ ਬੰਨ ਕੇ ਟਰਾਲੀ ਖੜੀ ਕੀਤੀ ਤੇ ਜਦੋਂ ਅਸੀਂ ਉੱਥੇ ਲੈ ਕੇ ਆਏ ਤੇ ਉੱਥੇ CRP ਹੁੰਦੀ ਸੀ CRP ਦਾ ਬੜਾ ਜ਼ੋਰ ਹੁੰਦਾ ਸੀ ਅੱਛਾ ਜੀ ਤੇ ਪੁਲਿਸ ਦਾ CRP ਦਾ ਅਸੀਂ ਉਹਨਾਂ ਕਿਹਾ ਤੁਸੀਂ ਉੱਪਰ ਖੜੀ ਨਹੀਂ ਕਰ ਸਕਦੇ ਉਹਨਾਂ ਨੇ ਦੂਜੇ ਪਾਸੇ ਸਾਡੀ ਟਰਾਲੀ ਥੱਲੇ ਲਵਾਈ ਅੱਛਾ ਤੇ ਅਸੀਂ ਪਹਿਲਾਂ ਟਰੈਕਟਰ ਨਾਲ ਉੱਪਰੋਂ ਚਾੜ ਕੇ ਫਿਰ ਉਹਨੂੰ ਥੱਲੇ ਟਰੈਕਟਰ ਨੂੰ ਮਤਲਬ ਵੀ ਉਹ ਸਾਡੇ ਵਾਸਤੇ ਬੜਾ ਜਿੱਦਾਂ ਮੁਸ਼ਕਿਲ ਕੰਮ ਸੀ
ਅੱਛਾ ਜੀ ਤੇ ਪਰ ਅਸੀਂ ਝੋਨਾ ਕੱਢਣ ਚ ਕਾਮਯਾਬ ਹੋ ਗਏ। ਜਦੋਂ ਅਸੀਂ ਕੱਢ ਕੇ ਫਿਰ ਅਸੀਂ ਮੰਡੀ ਚ ਲੈ ਕੇ ਗਏ ਤਾਂ ਉੱਥੇ ਇੰਨੀ ਲੁੱਟ ਘਸੁੱਟ ਦੇਖੀ ਕਿ ਢੇਰੀਆਂ ਦੇ ਉੱਤੇ ਟਰਾਲੀਆਂ ਘੁਮਾਏ ਫਿਰਨ। ਜਿਹੜਾ ਬੰਦਾ ਇੰਸਪੈਕਟਰ ਸੀ ਉਹ ਸ਼ਰਾਬੀ ਹੋਇਆ ਤੇ ਸ਼ਰਾਬੀ ਨਾਲ ਅੰਨਾ ਹੋਇਆ। ਜਦੋਂ ਮੁੱਲ ਲਾਉਣ ਆਵੇ ਤੂੰ ਕੋਈ ਦੇਖਣਾ ਹੋਵੇ ਮੈਂ ਖਰਾਬੇ ਦੇ ਪੈਸੇ ਕਹਿੰਦੇ ਦੇਣੇ ਸੀ ਉਹ ਤਹਿਸੀਲਦਾਰਾਂ ਨੇ ਪਟਵਾਰੀਆਂ ਨੇ ਸਾਰਾ ਕੁਛ ਖਾ ਲਿਆ। ਸਾਨੂੰ ਲਿਆਣ ਕੇ ਬਿਠਾ ਲੈਣਾ ਉੱਥੇ ਬੋਰਡ ਤੇ ਅਸੀਂ ਬੈਠੇ ਰਹਿਣਾ ਤੇ ਕਦੀ ਕੁਛ ਕਹਿ ਲੈਣਾ ਕਦੀ ਕਿਸੇ ਦੀ ਵਾਰੀ ਨੀ ਆਈ ਕਦੀ ਕਿਸੇ ਦੀ ਨੀ ਕੋਈ ਮਰ ਗਿਆ ਕੋਈ ਏਦਾਂ ਹੋ ਗਿਆ ਕੱਖ ਨੀ ਦਿੱਤਾ ਉਹਨਾਂ ਨੇ ਮਤਲਬ। ਤੇ ਫਿਰ ਅਸੀਂ ਸਹੁੰ ਖਾਧੀ ਸੀ ਅਸੀਂ ਭਰਾ ਨੇ ਕਿਹਾ ਜੇ ਸਿਸਟਮ ਚ ਅਸੀਂ ਮੁੜ ਕੇ ਅਸੀਂ ਖਾਂਦੇ ਪੀਂਦੇ ਘਰਦੇ ਸੀਗੇ ਸਾਡਾ ਭਰਾ ਆਲਰੇਡੀ ਵੱਡਾ ਇੱਧਰ ਸੀਗਾ ਅਸੀਂ ਕਿਹਾ ਅਸੀਂ ਇੱਥੇ ਨੀ ਰਹਿਣਾ। ਫਿਰ ਅਸੀਂ ਮਤਲਬ ਫਿਰ ਵੇਖ ਲਓ ਮੈਂ ਵੀ ਇੱਥੇ ਆਇਆ ਨੀ ਮੇਰਾ ਭਰਾ ਵੀ ਅਸੀਂ ਤੇ ਵੈਲ ਸੈਟਲ ਲਿਆ ਇੱਥੇ। ਇਦੂ ਵੱਡੀ ਤਰਾਸਦੀ ਧਾਲੀਵਾਲ ਸਾਹਿਬ ਕੀ ਹੋ ਸਕਦੀ ਸਾਡੇ ਵਾਸਤੇ ਆਪਣੇ ਵਾਸਤੇ। ਮਤਲਬ ਵੀ ਉਹਨਾਂ ਨੇ ਸਾਰਾ ਕੁਛ ਲੁੱਟ ਲਿਆ ਮਤਲਬ ਮੇਰੇ ਅੱਖਾਂ ਦੀ ਦੇਖੀ ਹੋਈ ਤਸਵੀਰ ਆ। ਮਤਲਬ ਵੀ ਹੁਣ ਮੈਂ ਜਦੋਂ ਲੋਕ ਦੇਖਦਾ ਨਾ ਜੋ ਬਹੁਤੇ ਲੋਕਾਂ ਨੂੰ ਤੇ ਇੱਥੇ ਪਤਾ ਨੀ ਹੈਗਾ ਨਾ ਮਤਲਬ। ਬਿਲਕੁਲ ਆਪਣੇ ਨਾ ਜੀ ਆਪਣੇ ਆਪਣੇ ਜੇ ਭਾਰਤ ਦੀ ਗੱਲ ਕਰੀਏ ਜੇ ਪੰਜਾਬ ਦੀ ਗੱਲ ਕਰੀਏ ਨਜਾਇਜ਼ ਫਾਇਦਾ ਉਠਾਉਣ ਦੀ ਬਹੁਤ ਆਦਤ ਆ। ਕਿਤੇ ਕੋਈ ਦੰਗੇ ਦੁੰਗੇ ਹੁੰਦੇ ਆ ਤੇ ਵਿੱਚੋਂ ਅੱਧਿਓਂ ਵੱਧ ਦੁਕਾਨਾਂ 'ਚੋਂ ਸਮਾਨ ਚੱਕਣ 'ਤੇ ਜ਼ੋਰ ਲਾ ਦਿੰਦੇ ਕੋਈ ਇੱਧਰੋਂ ਲੁੱਟਣ 'ਤੇ ਜ਼ੋਰ ਲਾ ਦਿੰਦੇ ਨੇ ਉਦੋਂ ਬਾਹਲੇ ਲੋਕ ਇੱਦਾਂ ਕਰਦੇ ਆ। ਹੁਣ ਦੇਖੋ ਮਤਲਬ ਜਿੱਦਾਂ ਪੁਲਿਸ ਆ ਸਾਡੀ ਮਦਦ ਲਈ ਹੁੰਦੀ ਆ ਅਸੀਂ ਟਰਾਲੀ ਉੱਪਰ ਲਾਈ ਸੀਗੀ ਮਤਲਬ ਬੰਦ ਦੇਖ ਕੇ ਬੰਦ ਤੋੜੀ ਜਾਂਦੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸਾਡੀ ਟਰਾਲੀ ਵੀ ਥੱਲੇ ਲਾ ਦਿੱਤੀ ਦੂਜੇ ਪਾਸੇ। ਚਲੋ ਚਲੋ ਅਸੀਂ ਫਿਰ ਉੱਪਰੋਂ ਚੱਕ ਕੇ ਉੱਪਰੋਂ ਚੜਾਉਣਾ ਫਿਰ ਥੱਲੇ ਲਾਉਣਾ ਥਾਂ ਉਹਨਾਂ ਦੀ ਹੀ ਏਦਾਂ ਕੁੜ ਕੁੜ ਕੇ ਕੁੜ ਕੁੜ ਕੇ ਅਸੀਂ ਉਹ ਝੋਨਾ ਮਤਲਬ ਕਿੰਨੀ ਕਿੰਨੀ ਮਿਹਨਤ ਕੀਤੀ ਕਿੰਨੀ ਮਿਹਨਤ ਕੀਤੀ ਤੇ ਪੱਲੇ ਕੱਖ ਪਿਆ ਨੀ ਉਲਟਾ ਪੱਲਿਓ ਲੱਗੇ। ਹਾਂ ਉਹਨੇ ਮਤਲਬ ਸਾਰਾ ਕੁਛ ਲੁੱਟ ਲਿਆ ਪੂਰਾ ਸ਼ਰਾਬੀ ਇੰਸਪੈਕਟਰ ਮੰਡੀ ਚ ਅੱਜ ਤੀਕ ਮੈਨੂੰ ਯਾਦ ਆਉਂਦਾ ਬੰਦਾ ਠੀਕ ਠਾਕ ਹੋ। ਮੈਨੂੰ ਬੜਾ ਅਫਸੋਸ ਆ ਮੈਨੂੰ ਬੜਾ ਦੁੱਖ ਲੱਗਿਆ ਜਿਹੜਾ ਜਿਹੜੇ ਪੰਜਾਬ ਦੇ ਪਿੰਡ ਦਿਲ ਪੰਜਾਬੀ ਰੁੜ ਗਿਆ ਤੇ ਕਿੱਥੇ ਤਾਂ ਕਈ ਮਹੀਨੇ ਹੋ ਗਏ ਸੀ ਵੀ 2025 ਚ ਪਾਣੀ ਨੀ ਮਿਲਣਾ ਤੇ ਕਿੱਥੇ ਪਾਣੀ ਪਾਣੀ ਹੋਇਆ ਤਾਂ ਮੈਨੂੰ ਤਾਂ ਬਹੁਤ ਅਫਸੋਸ ਹੈ। ਆ ਤੁਹਾਡਾ ਸ਼ਾਹਕੋਟ ਸਾਡਾ ਮੋਗਾ ਜ਼ਿਲ੍ਹਾ ਜੋ ਵੀ ਸਾਰਾ ਪਟਿਆਲਾ ਕੀ ਜਿੰਨਾ ਆਪਣਾ ਸਾਰਾ ਪੰਜਾਬ ਵੀ ਡੁੱਬ ਮਿਲਿਆ ਤੇ ਮੈਂ ਤਾਂ ਇਹੀ ਗੱਲ ਕਰ ਰਹੀ ਬੇਟਾ ਵੀ ਦੇਖ ਕਿਉਂ ਨੀ ਹੁਣ ਕਿਉਂ ਸਰਕਾਰਾਂ ਸੁੱਤੀਆਂ ਪਈਆਂ ਹੈਗੀਆਂ ਨਾ ਕੈਪਟਨ ਨੂੰ ਫਿਕਰ ਨਾ ਦੂਜਾ ਬਾਦਲ ਕਹਿਣ ਨੂੰ ਫਿਕਰ ਦੋ ਹੀ ਸਰਕਾਰਾਂ ਤੀਜੇ ਵਿਚਾਰੇ ਉਹ ਆਪਣੇ ਵੀ ਡੁੱਬੇ ਫਿਰਦੇ ਆ। ਮੈਨੂੰ ਤਾਂ ਇੰਨਾ ਅਫਸੋਸ ਹੈ ਕੋਈ ਚਾਰਾ ਨੀ ਚੱਲਦਾ ਬਹੁਤ। 88 ਚ ਵੀ ਹੋਇਆ ਸੀਗਾ ਤੇ ਮੈਂ ਪਹਿਲਾਂ ਵੀ ਹੋਇਆ ਸੀਗਾ 88 ਚ ਮੇਰੇ ਕੁੜੀ ਦਾ ਵਿਆਹ ਸੀ ਉਦੋਂ ਨਾ ਵਿਆਹ ਜਿੱਦੇ ਹੋਇਆ ਤੇ ਅਸੀਂ ਆਨੰਦ ਨਾ ਦੇ ਅੰਦਰ ਕੀਤੇ ਘਰੇ ਤੇ ਬਹੁਤ ਉਦੋਂ ਵੀ ਮੀਂਹ ਪਿਆ ਸੀ ਤੇ ਇਹੀ ਬਸ ਬਹੁਤ ਬੇਟਾ ਬਹੁਤ ਮੈਂ ਤਾਂ ਅਫਸੋਸ ਹੈ ਰੋਣ ਆਈ ਜਾਂਦਾ ਜੋ ਮੈਂ ਦੇਖਦੇ ਆ ਕਹਿੰਦੇ ਨਾ ਮਤਲਬ ਕਿੰਨੀਆਂ ਮੌਤਾਂ ਹੋ ਗਈਆਂ ਤੇ ਕੁਛ ਕੁਛ ਆ ਜਿਹੜੇ 12 ਪਸ਼ੂ ਇਹਨਾਂ ਤੋਂ ਲੋਕ ਮਰੀ ਜਾਂਦੇ ਆ। ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ। ਗੱਲ ਜਿਹੜੀ ਹੈਗੀ ਆ ਵੀ ਕਿਸੇ ਪਾਸੇ ਵੀ ਚੰਗੀ ਖਬਰ ਨਹੀਂ ਹੈਗੀ ਅਗਰ ਆਪਾਂ ਉੱਧਰਲੇ ਪਾਸੇ ਨੂੰ ਤੁਰਦੇ ਹਾਂ ਤਾਂ ਪੰਜਾਬ ਦੀਆਂ ਖਬਰਾਂ ਇਦੂ ਉੱਪਰ ਕੋਈ ਹੈ ਹੀ ਨਹੀਂ ਹੈਗੀ ਵੀ ਉੱਥੇ ਡੈਥ ਹੋ ਗਈ ਉੱਥੇ ਗੱਡੀ ਥੱਲੇ ਆ ਗਿਆ ਉੱਥੇ ਆਹ ਹੋ ਗਿਆ ਉੱਥੇ ਆਹ ਹੋ ਗਿਆ ਉੱਥੇ ਲੁੱਟ ਹੋ ਗਈ। ਹੁਣ ਜਿਹੜੀ ਕੁਦਰਤੀ ਕਰੋਪੀ ਆ ਉਹਦੀਆਂ ਖਬਰਾਂ ਚਾਰ ਚਪੇਰੇ ਹੈਗੀਆਂ ਨੇ ਪਰ ਸਾਡੀ ਜਿਹੜੀ ਫਿਤਰਤ ਕੁਛ ਲੋਕਾਂ ਦੀ ਹੈਗੀ ਆ ਪੰਜਾਬ ਦੇ ਵਿੱਚ ਵੀ ਕਿ ਜਦੋਂ ਕਿਸੇ 'ਤੇ ਕੋਈ ਵਿਪਤਾ ਪਈ ਹੈ ਉਹਦੇ 'ਚੋਂ ਆਪਣਾ ਫਾਇਦਾ ਕੱਢਣਾ ਆਪਣਾ ਫਾਇਦਾ ਕੱਢ ਕੇ ਲੁੱਟਾਂ ਖੋਹਾਂ ਵਾਲਾ ਕੇਸ ਅਸੀਂ ਆਮ ਦੇਖਦੇ ਅੱਜ ਕੱਲ੍ਹ ਵੀਡੀਓ ਵਾਇਰਲ ਹੁੰਦੀ ਹੈ। ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਾਂ ਲੈਣ ਦੀ ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਆਖਰੀ ਪੜਾਅ ਜਾਈਨੂ ਜਲਵੇ ਜੱਗੀ ਦੇ ਔਰ ਕਾਲਾਂ ਦਾ ਸਿਲਸਿਲਾ ਹੁਣ ਮੈਂ ਇੱਥੇ ਹੀ ਠੱਪ ਕਰਨਾ ਪੈਣਾ ਕਿਉਂਕਿ ਵਾਈਡ ਅਪ ਕਰਨ ਵੇਲੇ ਵੀ 1-2 ਮਿੰਟ ਲੱਗ ਜਾਂਦੇ ਆ। ਗੱਲ ਅਗਰ ਜਿਵੇਂ ਅਸੀਂ ਅੱਜ ਕੀਤੀ ਹੈ ਸੰਗੀਤ ਦੀ ਗੱਲ ਕੀਤੀ ਹੈ ਸੰਗੀਤ ਦੇ ਵਿੱਚ ਗੱਲ ਆਉਂਦੀ ਅਗਰ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਵੀ ਆਪਾਂ ਅਕਸਰ ਜ਼ਿਕਰ ਕਰਦੇ ਰਹੀਦਾ ਪਰ ਜ਼ਮੀਨ ਅਸਮਾਨ ਦਾ ਫਰਕ ਹੈਗਾ ਉਸ ਸੰਗੀਤ ਅਤੇ ਇਸ ਸੰਗੀਤ ਦੇ ਵਿੱਚ। ਜਿਵੇਂ ਧੀਰ ਸਾਹਿਬ ਨੇ ਗੱਲ ਕੀਤੀ ਕਿ ਪਾਕਿਸਤਾਨ ਦੇ ਬਹੁਤ ਸਾਰੇ ਕਲਾਕਾਰ ਪਾਕਿਸਤਾਨ ਕਹਿ ਲਓ ਚਾਹੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਅਸੀਂ ਗੱਲ ਕਰੀਏ ਚਾਹੇ ਇੱਧਰਲੇ ਮੁਲਕਾਂ ਨੇ ਚਾਹੇ ਉੱਧਰਲੇ ਮੁਲਕਾਂ ਦੇ ਵਿੱਚ ਨੇ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਹੈਗਾ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ। ਵੈਸੇ ਵੀ ਕਹਿੰਦੇ ਮੁੰਬਈ 'ਚ ਖਾਨ ਅਤੇ ਪੰਜਾਬ 'ਚ ਮਾਨ ਦੋ ਜਗ੍ਹਾ ਦੋ ਹੀ ਹਿੱਟ ਨੇ। ਵੈਸੇ ਤਾਂ ਜਿੰਨਾ ਰਾਜ ਪਹਿਲਾਂ ਧਰਮਿੰਦਰ ਜਤਿੰਦਰ ਅਮਿਤਾਭ ਬੱਚਨ ਉਹਨਾਂ ਨੇ ਕੀਤਾ ਉਸ ਸਮੇਂ ਤੋਂ ਬਾਅਦ ਜਿਹੜਾ ਦੌਰ ਆਇਆ ਸੀਗਾ ਆਮਿਰ ਖਾਨ ਦਾ ਸ਼ਾਹਰੁਖ ਖਾਨ ਦਾ ਸਲਮਾਨ ਖਾਨ ਦਾ
ਫਿਰ ਇਹ ਖਾਨ ਜਿਹੜੇ ਨੇ ਅਗਲੀ ਪੀੜ੍ਹੀ ਦੇ ਵਿੱਚ ਜਿਵੇਂ ਸੰਨੀ ਦਿਓਲ ਦੇ ਬਰਾਬਰ ਦੀ ਅਸੀਂ ਗੱਲ ਕਰੀਏ ਤਾਂ ਇਹ ਕਾਫੀ ਹਿੱਟ ਹੋਏ ਨੇ, ਇਹਨਾਂ ਨੇ ਕਾਫੀ ਵਧੀਆ ਫਿਲਮਾਂ ਦਿੱਤੀਆਂ ਨੇ। ਅਕਸ਼ੇ ਕੁਮਾਰ ਵੀ ਖੈਰ ਵਧੀਆ ਹੈਗਾ, ਪਰ ਅਸੀਂ ਖਾਨਾਂ ਦੀ ਗੱਲ ਕਰੀਏ, ਕੋਈ ਵੀ ਖਾਨ ਜਿਹੜੇ ਹੈਗੇ ਨੇ, ਜਦੋਂ ਕੁਦਰਤੀ ਗੱਲ ਆ, ਸਿਆਣੇ ਕਹਿੰਦੇ ਵੀ ਜਦੋਂ ਵੰਡ ਹੋਈ ਹੈ ਤਾਂ ਫਿਲਮਾਂ ਵਾਲਾ ਕੁਦਰਤ ਦੇ ਜਿਹੜਾ ਹਿੱਸਾ ਸੀਗਾ ਉਹ ਇਧਰਲੇ ਪਾਸੇ ਦੇ ਦਿੱਤਾ ਭਾਰਤ ਨੂੰ। ਅਤੇ ਗੱਲ ਕਰੀਏ ਸੰਗੀਤ ਦੀ ਅਤੇ ਕੋਮੇਡੀ ਦੀ, ਕੋਮੇਡੀ ਦੀ ਜੇ ਗੱਲ ਕਰੀਏ ਤਾਂ ਪਾਕਿਸਤਾਨ ਦੇ ਜਿੰਨੇ ਕੋਮੇਡੀਅਨ ਨੇ ਉਨੇ ਵੱਡੇ ਕਮੇਡੀਅਨ ਸਾਡੇ ਜਾਂ ਹਾਜ਼ਰ ਜਵਾਬੀ ਉਨੀ ਸਾਡੇ ਇਹ ਉਨੀ ਜ਼ਿਆਦਾ ਨਹੀਂ ਹੈਗੀ। ਬੇਸ਼ੱਕ ਸਾਡੇ ਵੀ ਬਹੁਤ ਵਧੀਆ ਕੋਮੇਡੀਅਨ ਹੈਗੇ ਨੇ, ਅੱਜ ਕੱਲ੍ਹ ਵੀ ਹੈਗੇ ਨੇ। ਪਹਿਲਾਂ ਚਲੋ ਸਾਡੇ ਵੇਲਿਆਂ ਦੇ ਵਿੱਚ ਭਗਵੰਤ ਮਾਨ ਦੀ ਚੜ੍ਹਾਈ ਸੀ, ਜਸਵਿੰਦਰ ਭੱਲਾ ਸਾਹਿਬ ਦੀ ਪੂਰੀ ਚੜ੍ਹਾਈ ਸੀ, ਪਰ ਉਹਨਾਂ ਦੇ ਕੋਮੇਡੀਅਨ ਜਿਵੇਂ ਕਿ ਉਹ ਚੀਜ਼ ਭਾਰਤ ਦੇ ਵਿੱਚ ਨਹੀਂ ਹੋ ਸਕੀ ਕਿ ਉਹ ਡਰਾਮਾ ਕਰਦੇ ਨੇ, ਡਰਾਮਾ ਪਲੇ ਜਿਹੜਾ ਕਰਦੇ ਨੇ ਥੀਏਟਰ ਦੇ ਵਿੱਚ ਕਰਦੇ ਨੇ, ਅਤੇ ਉਹਨੂੰ ਲੋਕ ਟਿਕਟਾਂ ਲੈ ਕੇ ਦੇਖਣ ਵਾਸਤੇ ਆਉਂਦੇ ਨੇ, ਜੋ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਰੀਤ ਨਹੀਂ ਪਈ। ਹਾਲਾਂਕਿ ਥੀਏਟਰ ਪੰਜਾਬ ਦਾ ਬਹੁਤ ਸੋਲਿਡ ਹੈ, ਬਹੁਤ ਰਿਚ ਹੈ ਪੰਜਾਬ ਦਾ ਥੀਏਟਰ ਜਿਹੜਾ, ਫਿਰ ਵੀ ਉਹ ਚੀਜ਼ ਨਹੀਂ ਹੋਈ। ਉੱਥੇ 1500-1500 ਲੋਕ ਟਿਕਟ ਰੁਪਈਆ ਦੇ ਕੇ ਟਿਕਟ ਲੈਂਦੇ ਨੇ ਅਤੇ ਫਿਰ ਡਰਾਮੇ ਦੇਖਣ ਆਉਂਦੇ ਨੇ। ਇਹ ਉਹ ਵੱਖਰੀ ਗੱਲ ਆ ਵੀ ਉਹਨਾਂ ਦੇ ਥੋੜ੍ਹਾ ਜਿਹਾ ਸਿੱਧੇ ਚੱਲ ਜਾਂਦੇ, ਸਿੱਧੇ ਤੋਂ ਭਾਵ ਵੀ ਡਬਲ ਮੀਨਿੰਗ ਜਿਹਾ। ਉਹਨਾਂ ਨੂੰ ਪੁੱਛਿਆ ਸੀ, ਟੀ ਵੀ 'ਤੇ ਐਸੀ ਗੱਲ ਨਹੀਂ ਹੈ, ਉਹਨਾਂ ਨੂੰ ਪੁੱਛਿਆ ਸੀ, ਮਿਲੇ ਸੀਗੇ ਪਾਕਿਸਤਾਨੀ ਕਲਾਕਾਰ ਇੱਕ, ਉਹ ਕਹਿੰਦੇ ਸਾਡੇ ਤਾਂ ਕਿ ਅਸੀਂ ਘਰਾਂ ਦੇ ਵਿੱਚ ਬੈਠ ਕੇ ਉਹੋ ਜਿਹੀ ਗੱਲ ਕਰ ਲੈਂਦੇ ਹਾਂ, ਸਾਡੇ ਮਾਮੇ ਚਾਚੇ ਭੂਆ ਤਾਈ ਦੇ ਇਹੋ ਜਿਹੇ ਰਿਸ਼ਤੇ ਹੋ ਜਾਂਦੇ ਆ ਅਤੇ ਸਾਡੇ ਘਰਾਂ ਦੇ ਵਿੱਚ ਵੀ ਓਨੀ ਕੁ ਗੱਲ ਜਿਹੜੀ ਆ ਉਹ ਚੱਲਦੀ ਹੁੰਦੀ। ਚਲੋ ਆਪੋ ਆਪਣਾ ਕਲਚਰ ਹੈ, ਆਪੋ ਆਪਣੀਆਂ ਗੱਲਾਂ ਬਾਤਾਂ ਨੇ, ਆਪਣੀ ਜਿਹੜੀ ਪੰਜਾਬ ਦੀ ਗੱਲਬਾਤ ਆ, ਆਪਾਂ ਅਕਸਰ ਪੰਜਾਬੀਆਂ ਦੀ ਗੱਲਬਾਤ ਕਰੀ ਦੀ ਆ, ਪੰਜਾਬ ਦੀ ਗੱਲਬਾਤ ਕਰੀ ਦੀ ਹੈ। ਅੱਜ ਵੀ ਉਹੀ ਕੀਤੀ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊ ਅੱਜ ਦਾ ਪ੍ਰੋਗਰਾਮ ਵੀ। ਅਤੇ ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@chasbroadcasting.com ਜਾਂ ਫਿਰ info@chasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ ਜਾਂ ਫਿਰ ਸਾਡਾ ਵਟਸਐਪ ਨੰਬਰ ਹੈਗਾ, ਉੱਤੇ ਵੀ ਤੁਹਾਡਾ ਮੈਸੇਜ ਆਉਂਦੇ ਨੇ, ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਜਾਂ ਫਿਰ ਮੇਰਾ ਸੈੱਲ ਨੰਬਰ ਜਿਹੜਾ ਹੈਗਾ, ਅਸੀਂ ਕਾਫੀ ਪ੍ਰੋਗਰਾਮ ਹੁਣ ਫੀਲਡ ਦੇ ਵਿੱਚ ਕੀਤੇ ਹੈਗੇ ਆ, ਸੈੱਲ 'ਤੇ ਮੇਰੇ 'ਤੇ ਗੱਲਬਾਤ ਕਰਕੇ ਕੋਈ ਵੀ ਪ੍ਰੋਗਰਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ, ਲਾਈਵ ਕਰਵਾਉਣਾ ਚਾਹੁੰਦੇ ਹੋ, ਰਿਕਾਰਡਿੰਗ ਕਰਵਾਉਣੀ ਚਾਹੁੰਦੇ ਹੋ, ਕੋਈ ਖਬਰ ਲਵਾਉਣੀ ਚਾਹੁੰਦੇ ਹੋ, ਕੋਈ ਸੱਭਿਆਚਾਰਕ ਮੇਲਾ, ਧਾਰਮਿਕ ਸਮਾਗਮ, ਕੋਈ ਖੇਡਾਂ, ਕੁਛ ਵੀ ਹੈਗਾ ਤਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਲਈ ਸੰਪਰਕ ਕਰ ਸਕਦੇ ਹੋ 209-450-3362 209-450-3362। ਇਹ ਮੈਂ ਤਾਂ ਨੰਬਰ ਦੁਆਰਾ ਅੰਗਰੇਜ਼ੀ 'ਚ ਰਿਪੀਟ ਕੀਤਾ ਕਿ ਸਾਨੂੰ ਇੱਕ ਫੋਨ ਇੱਕ ਆਇਆ ਸੀਗਾ, ਕਹਿੰਦੇ ਜੀ ਮੈਨੂੰ ਤੁਹਾਡਾ ਪੰਜਾਬੀ 'ਚ ਨੰਬਰ ਸਮਝ ਨਹੀਂ ਆਇਆ ਸੀ ਅਤੇ ਮੈਂ ਫਿਰ ਕਿਸੇ ਨੂੰ ਪੁੱਛਿਆ ਤਾਂ ਫਿਰ ਨੰਬਰ ਡਾਇਲ ਕੀਤਾ। ਸੋ ਦੋਨੋਂ ਭਾਸ਼ਾ ਦੇ ਵਿੱਚ ਮੈਂ ਦੱਸਤਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।